ਇਸ ਪੰਜਾਬੀ মিডিਆ ਦੇ ਵਿੱਚ ਉਹਨਾਂ ਦੀ ਲਗਾਤਾਰ ਹਾਜ਼ਰੀ ਲੱਗਦੀ ਹੈ ਔਰ ਉਹਨਾਂ ਦਾ ਸ਼ੁਕਰੀਆ ਉਹਨਾਂ ਨੇ ਇਸ ਹਾਜ਼ਰੀ ਨੂੰ ਲਗਾਤਾਰ ਤਾਲ ਦੇ ਨਾਲ ਬਰਕਰਾਰ ਰੱਖਿਆ ਹੋਇਆ ਅੱਜ ਵੀ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਖਾਸ ਕਰਕੇ ਅਮਨ ਤੇ ਕਾਨੂੰਨ ਦੀ ਵਿਵਸਥਾ ਨਾਲ ਨਾਲ ਉਹਨਾਂ ਦੇ ਆਪਣੇ ਹਲਕੇ ਪਾਕੁਰੰਗੇ ਦੀ ਗੱਲ ਕਰਾਂਗੇ ਜਿਹੜਾ ਕਿ ਈਸਟ ਆਕਲੈਂਡ ਦੇ ਵਿੱਚ ਹੈ ਅਤੇ ਕੁਝ ਚਰਚਾ ਕਰਾਂਗੇ ਜਿਹੜਾ ਇਸ ਮੁਲਕ ਦੇ ਵਿੱਚ ਵਾਰ-ਵਾਰ ਅੰਗਰੇਜ਼ੀ ਦਾ ਲਫ਼ਜ਼ ਸੈਂਸ ਆਫ ਬਿਲੋਂਗਿੰਗ ਵਰਤਿਆ ਜਾਂਦਾ ਉਹਦੀ ਨਿਸ਼ਾਨਦੇਹੀ ਜਿਹੜੀ ਹੈ ਉਸ ਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸਾਡੇ ਜਿਹੜੇ ਨਮਾਇੰਦੇ ਨੇ ਉਹ ਵੀ ਉਹਨੂੰ ਸਹੀ ਤਰ੍ਹਾਂ ਡਿਫਾਈਨ ਕਰਨ ਉਹਨੂੰ ਪਰਿਭਾਸ਼ਿਤ ਕਰਨ ਤਾਂ ਕਿ ਆਪਣੇ ਲੋਕਾਂ ਤੱਕ ਸਹੀ ਸਹੀ ਜਾਣਕਾਰੀ ਜਿਹੜੀ ਹੈ ਉਹ ਪਹੁੰਚਦੀ ਰਹੇ ਡਾਕਟਰ ਸਾਹਿਬ ਜੀ ਆਨ ਕਿਉਰਾ ਅਮ ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਜੀ ਹੋਰ ਜਿੰਨੇ ਵੀ ਤੁਹਾਡੇ ਲਿਸਨਰਸ ਨੇ ਉਹਨਾਂ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹੋਰ ਥੜਾ ਬਹੁਤ ਬਤਨਵਾਦ ਤੁਸੀਂ ਮਾਨੂੰ ਇਹ ਮੌਕਾ ਦਿੱਤਾ ਫਿਰ ਜੀ ਸਟੂਡੀਓ ਚ ਆ ਕੇ ਤੁਹਾਡੇ ਨਾਲ ਗੱਲ ਕਰਨ ਦਾ ਅੱਛਾ ਪਿਛਲੇ ਕਾਫੀ ਦਿਨ ਨਾ ਤੁਹਾਡੇ ਲਈ ਬੜੀ ਰਜੇਮਿਆਂ ਪਰੇ ਰਹੇ ਮੈਂ ਦੇਖ ਰਿਹਾ ਕਿ ਤੁਸੀਂ ਜਿਹੜੇ ਵੀ ਪ੍ਰੋਟੈਸਟ ਹੋਏ ਜਿਹੜੀਆਂ ਵੀ ਰੈਲੀਆਂ ਹੋਈਆਂ ਅਮਨ ਤੇ ਕਾਨੂੰਨ ਦੀ ਸਾਡੀ ਜਿਹੜੇ ਪ੍ਰਬੰਧ ਨੇ ਇਹਨੂੰ ਲੈ ਕੇ ਇਹ ਇੱਕ ਬੜੀ ਦਲੇਰੀ ਵਾਲੀ ਗੱਲ ਆ ਕਿ ਤੁਸੀਂ ਸਿਟਿੰਗ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਇੱਕ ਕਮਿਊਨਿਟੀ ਮੈਂਬਰ ਦੇ ਤੌਰ ਤੇ ਭਾਵੇਂ ਕਿ ਇਹਨਾਂ ਸਾਰੇ ਹੀ ਰੋਸ ਮੁਜ਼ਾਹਰਿਆਂ ਦਾ ਹਿੱਸਾ ਬਣੇ ਲੇਕਿਨ ਉਹਦੇ ਨਾਲ ਇੱਕ ਨਵੀਂ ਆਵਾਜ਼ ਜਿਹੜੀ ਆ ਉਹ ਪਾਰਲੀਮੈਂਟ ਤੱਕ ਪਹੁੰਚਣ ਨੂੰ ਦੇਖਣ ਨੂੰ ਮਿਲੀ ਔਰ ਸਾਡੇ ਲੋਕ ਜਿਹੜੇ ਉਹਨਾਂ ਦੇ ਵਿੱਚ ਵੱਧ ਵਿਸ਼ਵਾਸ ਜਿਹੜਾ ਉਹ ਨਜ਼ਰ ਆਇਆ ਕਿ ਉਹ ਤੁਸੀਂ ਉਹਨਾਂ ਦੇ ਨਾਲ ਖੜੇ ਸੀ ਜੀ ਪਰਮਿੰਦਰ ਜੀ ਦੇਖੋ ਮੈਂ ਮੈਂਬਰ ਆਫ ਪਾਰਲੀਮੈਂਟ ਆਂ ਹੋਰ ਜਿੱਦਾਂ ਤੁਸੀਂ ਰਿਕਗਨਾਈਜ਼ ਕੀਤਾ ਹੈਗਾ ਹੋਰ ਮੈਂ ਮੈਂਬਰ ਆਫ ਪਾਰਲੀਮੈਂਟ ਉਸ ਪਾਰਟੀ ਤੋਂ ਆਂ ਜਿਹੜੀ ਕਿ ਇਸ ਵੇਲੇ ਗਵਰਨਮੈਂਟ ਦੇ ਵਿੱਚ ਹੈਗੀ ਹੈ। ਹੂੰ। ਤਾਂ ਗਵਰਨਮੈਂਟ ਦੇ ਵਿੱਚ ਹੋਣਾ ਮਤਲਬ ਇਹ ਨਹੀਂ ਹੈ ਕਿ ਗਵਰਨਮੈਂਟ ਐਮਪੀਜ਼ ਨੇ ਜਾ ਕੇ ਲੁਕ ਜਾਣਾ ਜੇ ਕੋਈ ਮੁੱਦਾ ਆਂਦਾ ਹੈ। ਮੇਰਾ ਇਹ ਮੰਨਣਾ ਨਹੀਂ ਹੈ। ਮੇਰਾ ਇਹ ਮੰਨਣਾ ਹੈ ਕਿ ਹਰ ਵੇਲੇ ਕਮਿਊਨਿਟੀ ਦੇ ਨਾਲ ਅਸੀਂ ਕਨੈਕਟਡ ਰਹਿਣਾ ਹੈ। ਜੇ ਸੀ ਕਮਿਊਨਿਟੀ ਦੇ ਨਾਲ ਕਨੈਕਟਡ ਰਵਾਂਗੇ ਤਦ ਹੀ ਸਾਨੂੰ ਪਤਾ ਲੱਗੇਗਾ ਕਿ ਕਮਿਊਨਿਟੀ ਦੇ ਕੀ ਕਨਸਰਨਸ ਨੇ। ਉਹਨਾਂ ਕਨਸਰਨਸ ਨੂੰ ਅਸੀਂ ਪੂਰੀ ਤਰ੍ਹਾਂ ਅ ਜਿਹੜੀਆਂ ਸਾਡੀ ਲੈਜਿਸਲੇਸ਼ਨ ਇਸ ਵੇਲੇ ਪਾਰਲੀਮੈਂਟਸ ਚੱਲ ਰਹੀਆਂ ਨੇ ਉਹਨਾਂ ਨੂੰ ਅਸੀਂ ਐਨਾਲਾਈਜ਼ ਕਰ ਸਕਦੇ ਹਾਂ ਦੇਖ ਸਕਦੇ ਹਾਂ ਕਿ ਉਹ ਲੈਜਿਸਲੇਸ਼ਨ ਸਫੀਸ਼ੀਐਂਟ ਹੈ ਕਿ ਨਹੀਂ ਹੈ ਕਿ ਕੁਝ ਹੋਰ ਕਰਨ ਦੀ ਵੀ ਲੋੜ ਹੈ ਤਾਂ ਜਿੱਦਾਂ ਹੁਣੇ ਹੀ ਰੀਸੈਂਟਲੀ ਪਾਪਾ ਟੋਟੋ ਦੇ ਵਿੱਚ ਆਪਣੇ ਜਿਹੜੇ ਇੱਥੇ ਪੂਜਾ ਜੁਵਲਰਸ ਹੈਗੇ ਉਹਨਾਂ ਨੂੰ ਬੜੇ ਸਾਲਾਂ ਤੋਂ ਜਾਣਦੇ ਆ ਜੀ ਤਾਂ ਉਹਨਾਂ ਦੇ ਜਿਲਿਪ ਜਿੱਤੇ ਇੱਥੇ ਪ੍ਰੋਟੈਸਟ ਹੋਇਆ ਸੀਗਾ ਮੈਂ ਹੀ ਇਕੱਲੀ ਮੈਂਬਰ ਆਫ ਪਾਰਲੀਮੈਂਟ ਉਸ ਪ੍ਰੋਟੈਸਟ ਦੇ ਵਿੱਚ ਆਈ ਸੀਗੀ ਕਿਉਂਕਿ ਮੈਂ ਆਪਣੀ ਕਮਿਊਨਿਟੀ ਦੇ ਨਾਲ ਖੜੇ ਹੋਣਾ ਬਹੁਤ ਜ਼ਰੂਰੀ ਸਮਝਦੀ ਆਂ ਕਿਉਂਕਿ ਮੈਂ ਆਪਣੀ ਪਾਰਟੀ ਦੇ ਨਾਲ ਵੀ ਆ ਲੇਕਿਨ ਇਹਦੇ ਨਾਲ-ਨਾਲ ਮੈਂ ਇਹ ਅਸ਼ੋਰੈਂਸ ਦੇਣ ਆਈ ਸੀਗੀ ਪੂਰੀ ਕਮਿਊਨਿਟੀ ਨੂੰ ਕਿ ਤੁਹਾਡੀ ਆਵਾਜ਼ ਸੁਣੀ ਜਾ ਰਹੀ ਹੈ ਤੁਹਾਡੀ ਆਵਾਜ਼ ਮੈਟਰ ਕਰਦੀ ਹੈ ਹੋਰ ਤੁਹਾਡੀ ਆਵਾਜ਼ ਨੂੰ ਮੈਂ ਪਾਰਲੀਮੈਂਟ ਤੱਕ ਪਹੁੰਚਾ ਰਹੀ ਹਾਂ ਉਹਦੇ ਨਾਲ-ਨਾਲ ਮੈਂ ਇਹ ਵੀ ਅਸ਼ੋਰੈਂਸ ਦੇਣ ਆਈ ਸੀਗੀ ਕਿ ਕਈ ਸਾਰੇ ਬਿਲਸ ਜਿਹੜੇ ਨੇ ਉਹ ਅਸੀਂ ਪਾਸ ਕਰ ਦਿਤਤੇ ਨੇ ਜਿਹੜੇ ਕਿ ਲਾਅ ਐਂਡ ਆਰਡਰ ਦੇ ਸਪੇਸ ਦੇ ਵਿੱਚ ਨੇ ਉਹ ਕਈ ਬਿਲਸ ਇਸ ਵੇਲੇ ਪਾਰਲੀਮੈਂਟ ਦੇ ਪ੍ਰੋਸੈਸ ਦੇ ਥਰੂ ਚੱਲ ਰਹੇ ਨੇ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਹੀ ਐਂਡ ਹੋ ਜਾਏਗਾ ਲੇਕਿਨ ਉਹ ਜੇ ਸਫੀਸ਼ੀਐਂਟ ਨਹੀਂ ਲੱਗੂਗੇ ਜਿਨਾਂ ਮੈਂ ਇਦਾਂ ਦੀ ਮੀਟਿੰਗਸ ਜਾਂਦੀ ਆ ਤਾਂ ਹੋਰ ਵੀ ਮੈਂ ਪ੍ਰੋਪੋਜ਼ਲਸ ਜਿਹੜੇ ਹੈ ਕਿ ਅੱਗੇ ਲੱਕਿਆ ਆਉਂਗੀ ਹੋਰ ਇਸੇ ਤਰ੍ਹਾਂ ਨਾਲ ਇੱਕ ਹੋਰ ਚਾਈਨੀਜ਼ ਕਮਿਊਨਿਟੀ ਨੇ ਵੀ ਇੱਕ ਪ੍ਰੋਟੈਸਟ ਹੁਣੇ ਰੀਸੈਂਟਲੀ ਕੀਤਾ ਸੀਗਾ ਮੈਂ ਉੱਥੇ ਵੀ ਸੀਗੀ ਹੋਰ ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਗਵਰਨਮੈਂਟ ਐਮਪੀ ਦਾ ਮਤਲਬ ਇਹ ਨਹੀਂ ਹੈ ਕਿ ਜਿੰਨਾ ਪਾਸ ਦੇ ਵਿੱਚ ਅਸੀਂ ਦੇਖਿਆ ਹੈ ਕਿ ਕਿ ਗਵਰਨਮੈਂਟ ਐਮਪੀਜ਼ ਗਵਰਨਮੈਂਟ ਪਾਰਟੀਆਂ ਜਿੰਨਾਂ ਦੇ ਪ੍ਰੋਟੈਸਟ ਹੁੰਦੇ ਰਹੇ ਨੇ ਪਿਛਲੇ 6 ਸਾਲ ਲੇਬਰ ਦੇ ਅੰਡਾ ਤਾਂ ਉਹ ਆਂਦੇ ਨਹੀਂ ਸੀਗੇ ਪ੍ਰੋਟੈਸਟ ਦੇ ਵਿੱਚ ਤਾਂ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਪੂਰੀ ਕਮਿਊਨਿਟੀ ਦੇ ਨਾਲ ਰਹਿਣਾ ਹੈ ਹੋਰ ਕ੍ਰਾਈਮ ਇੱਕ ਰ ਔਰ ਵੱਡੀ ਗੱਲ ਆ ਡਾਕਟਰ ਸਾਹਿਬ ਡਿਪਟੀ ਪ੍ਰਿੰਮਿੰਿਸਟਰ ਜਿਹੜਾ ਉਹ ਸਬੋਧਨ ਕਰ ਰਿਹਾ ਜੀ ਉਹ ਤੁਸੀਂ ਆਈਡੈਂਟੀਫਾਈ ਕਰ ਰਹੇ ਆ ਕਿ ਹਾਂ ਵਾਕਈ ਸੈਂਸਿਟਿਵ ਇਸ਼ੂ ਆ ਜੀ ਮਿਨਿਸਟਰ ਸੀਮੋਰ ਜਿਹੜੇ ਹੈ ਕਿ ਸਾਡੇ ਐਕਟ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਉਹ ਚਾਈਨੀਜ਼ ਜਿਹੜਾ ਕਮਿਊਨਿਟੀ ਦਾ ਪ੍ਰੋਟੈਸਟ ਸੀਗਾ ਉੱਥੇ ਆਏ ਸੀਗੇ ਕਿਉਂਕਿ ਉਹਨਾਂ ਹੋ ਅਵੇਲੇਬਲ ਸੀਗੇ ਮੇਰੇ ਨਾਲ ਸੀਗੇ ਉਹ ਉਹਨਾਂ ਨੇ ਵੀ ਐਡਰੈਸ ਕੀਤਾ ਮੈਂ ਵੀ ਐਡਰੈਸ ਕੀਤਾ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਕਿ ਕਮਿਊਨਿਟੀ ਨੂੰ ਇਹ ਸਮਝ ਆਵੇ ਕਿ ਕੀ ਕੰਮ ਚੱਲ ਰਿਹਾ ਹੈ ਬਿਲਕੁਲ ਸਹੀ ਹੋਰ ਕਿਉਂਕਿ ਪਾਰਲੀਮੈਂਟਰੀ ਸਾਡਾ ਪ੍ਰੋਸੈਸ ਇਦਾਂ ਦਾ ਆਇਆ ਹੈ ਕਿ ਟਾਈਮ ਲੱਗਦਾ ਹੈ ਹਰ ਚੀਜ਼ ਨੂੰ ਲੈਜਿਸਲੇਸ਼ਨ ਨੂੰ ਪਾਸ ਕਰਨ ਲਈ ਅੰਡਰਸਟੈਂਡ ਹੋਰ ਕ ਸਿੱਖਣਾ ਚਾਹਦੀ ਹੈ ਪਰ ਮੈਂ ਕਮਿਊਨਿਟੀ ਦੀ ਪੂਰੀ ਇਹ ਗੱਲ ਸਮਝਦੀ ਆ ਕਿ ਕਮਿਊਨਿਟੀ ਨੂੰ ਰਿਜ਼ਲਟਸ ਚਾਹੀਦੇ ਨੇ ਪਰ ਉਹ ਰਿਜ਼ਲਟਸ ਆਣੇ ਨੇ ਜਿੱਲੇ ਬਿਲ ਪਾਸ ਹੋ ਜਾਣੇ ਨੇ ਔਰ ਬਿਲ ਪਾਸ ਹੋ ਕੇ ਥੋੜਾ ਟਾਈਮ ਲੱਗ ਜਾਏਗਾ ਕਿੰਨਾ ਸਮਾਂ ਲੈ ਕੇ ਚੱਲੀਏ ਡਾਕਟਰ ਸਾਹਿਬ ਜਿੱਦਾਂ ਹੁਣ ਦੇਖੋ ਸਭ ਤੋਂ ਪਹਿਲਾਂ ਸਿਕਾ ਕਲਚਰ ਰਿਪੋਰਟਸ ਕਲਚਰ ਰਿਪੋਰਟਸ ਜਿਹੜੀਆਂ ਕਿ ਤੁਸੀਂ ਪਰਮਿੰਦਰ ਜੀ ਕਾਫੀ ਜ਼ਿਆਦਾ ਇਨਵੋਲਵ ਹੈ ਕਿ ਉਹ ਆਪਣੇ ਕਈ ਸਾਰੇ ਜਿਹੜੇ ਤੁਸੀਂ ਰੋਲਸ ਕਰਦੇ ਹੋ ਕਿ ਉਹ ਪੁਲਿਸ ਦੇ ਨਾਲ ਹੋ ਹੌਸਲ ਦੇ ਨਾਲ ਹੋ ਤਾਂ ਤੁਸੀਂ ਸਮਝਦੇ ਹੋ ਕਿ ਕਲਚਰ ਰਿਪੋਰਟਸ ਕੀ ਸਿਕੀਆਂ ਤੇ ਕਲਚਰ ਰਿਪੋਰਟਸ ਤੁਹਾਡੇ ਲਿਸਨਰਸ ਲਈ ਦੱਸ ਦਈਏ ਕਿ ਉਹ ਇਹ ਹੁੰਦੀਆਂ ਸਿਕੀਆਂ ਕਿ ਜੇ ਕੋਈ ਕ੍ਰਿਮੀਨਲ ਆਂਦਾ ਸਿਕਾ ਕੋਰਟ ਤੇ ਮੋਰੇ ਉਹਦੇ ਲਈ ਉਹ ਰਿਪੋਰਟ ਤਿਆਰ ਕੀ ਕਰਕੇ ਦਿੱਤੀ ਜਾਂਦੀ ਸੀਗੀ ਉਹਦਾ ਬੈਕਗ੍ਰਾਉਂਡ ਦੱਸਿਆ ਜਾਂਦਾ ਸਿਕਾ ਕਿ ਕਿਉਂ ਉਹ ਇਦਾਂ ਦੀ ਗਲਤ ਹਰਕਤ ਕਰਕੇ ਆਇਆ ਹੈ ਤਾਂ ਉਹ ਇਦਾਂ ਹੋ ਗਿਆ ਸਿਕਾ ਕਿ ਇਹ ਕਿਉਂ ਕੀ ਟੈਕਸਪੀਅਰ ਫੰਡਡ ਸੀ ਕਿਆਂ ਕਲਚਰ ਰਿਪੋਰਟਸ ਤਾਂ ਕਈ ਪ੍ਰੋਫੈਸ਼ਨਲ ਕੰਪਨੀਆਂ ਬਣ ਗਈਆਂ ਪਰ origin ਇੱਥੇ ਇਦਾਂ ਹੋਇਆ ਸੀਗਾ ਕਿ ਪਰਿਵਾਰ ਦੇ ਸਦਸье ਕੋਈ ਦੂਰ ਦਾ ਰਿਸ਼ਤੇਦਾਰ ਆਕੇ ਹੋ ਦੱਸੇ ਕਿ ਇਹ ਕਿਦਾਂ ਗ੍ਰੋਅਪ ਹੋਇਆ ਸਗਾ ਜਿੱਲੇ ਬੱਚਾ ਸਗਾ ਹੁਣ ਕਿਉਂ ਇਦਾਂ ਦੀ ਚੀਜ਼ਾਂ ਚ ਪੈ ਗਿਆ ਲੇਕਿਨ ਉਹ ਲੋਕਾਂ ਨੇ ਇੱਕ ਪ੍ਰੋਫੈਸ਼ਨ ਬਣਾ ਲਿਆ ਇੱਥੇ ਤੱਕ ਕਿ ਗੈਂਗ ਮੈਂਬਰਸ ਜਿਹੜੇ ਆ ਉਹ ਕਲਚਰ ਰਿਪੋਰਟਸ ਲਿਖ ਲਿਖ ਕੇ ਦੇਣ ਲੱਗ ਪਏ ਤੁਹਾਡੀ ਗੱਲ ਸਹੀ ਆ ਮੈਂ ਇੱਕ ਚੀਜ਼ ਨੋਟਿਸ ਕੀਤੀ ਪੁਲਿਸ సే ਬਹੁਤ ਸਾਰੇ ਮਾਮਲਿਆਂ ਚ ਮੈਂ ਦੇਖਿਆ ਕਿ ਇੱਕ ਫਿਰਕੇ ਨਾਲ ਸੰਬੰਧਿਤ ਲੋਕਾਂ ਨੇ ਇਸ ਦਾ ਬਹੁਤ ਦੁਰਉਪਯ ਜੀ ਤਾਂ ਇਸੇ ਕਰਕੇ ਅਸੀਂ ਸਭ ਤੋਂ ਪਹਿਲਾਂ ਤਾਂ ਉਹ ਜਿਹੜੀ ਫੰਡਿੰਗ ਸੀਗੀ ਟੈਕਸਪੇਅਰਸ ਦੀ ਕਲਚਰ ਰਿਪੋਰਟ ਲਈ ਉਹ ਬੰਦ ਕਰ ਦਿੱਤੀ ਗੁੱਡ ਤਾਂ ਇੱਕ ਹੀ ਐਕਸ਼ਨ ਅਸੀਂ ਆਲਰੇਡੀ ਲੈ ਹੀ ਲਿਆ ਹੈਗਾ ਜੀ ਹੋਰ ਉਸ ਤੋਂ ਇਲਾਵਾ ਅਸੀਂ ਜਿਹੜੀ ਗੈਂਗ ਮੈਂਬਰਸ਼ਿਪ ਹੈ ਕੀ ਹੈ ਕਿਉਂਕਿ ਇਸ ਵੇਲੇ ਜਿਹੜੀ ਯੂਥ ਹੈ ਕੀ ਜਿਹੜੀ ਪਟਕੀ ਹੋਈ ਯੂਥ ਹੈ ਜਿਹੜੀ ਸਕੂਲ 'ਚ ਨਹੀਂ ਹੈ ਏਮਪਲॉयਮੈਂਟ 'ਚ ਨਹੀਂ ਹੈ ਉਹ ਆਪਣਾ ਲਾਈਫਸਟਾਈਲ ਜਿਹੜੇ ਦੇਖਦੀ ਹੈ ਗੈਂਗ ਮੈਂਬਰਸ ਦਾ ਕਿ ਇੰਨਾ ਫਲੈਸ਼ ਅਨਦਰ ਲਾਈਫਸਟਾਈਲ ਹੈ ਉਹਨਾਂ ਨੂੰ ਲੱਗਦਾ ਕਿ ਉਹ ਵੀ ਗੈਂਗ ਮੈਂਬਰ ਬਣ ਜਾਣ। ਉਹ ਤੁਸੀਂ ਦੇਖਿਆ ਹੋਵੇਗਾ ਪਿਛਲੇ ਸਰਕਾਰ ਦੇ ਵਿੱਚ ਗੈਂਗ ਮੈਂਬਰਸ਼ਿਪ ਕਿੰਨੀ ਜ਼ਿਆਦਾ ਵ ਇੱਕ ਜੇਲ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਉੱਥੇ ਯੂਥ ਆਫੈਂਡਰਸ ਨੂੰ ਉਹਨਾਂ ਦਾ ਨਾਮ ਪੁੱਛਿਆ ਜਾਂਦਾ ਸੀ ਨਾ ਉਹ ਕਿਹੜੇ ਗੈਂਗ ਦੇ ਨਾਲ ਅਫੀਲੀਏਟਿਡ ਨੇ ਉਹ ਨਾਲ ਆਪਣੇ ਨਾਮ ਦੇ ਉਸ ਨੂੰ ਮੈਂਸ਼ਨ ਕਰਦੇ ਸੀ ਐਂਡ ਆਈ ਵਾਸ ਸ਼ੌਕਟ ਉਹਨਾਂ ਨੂੰ ਇਹ ਜਿੱਦਾਂ ਸੈਂਸ ਆਫ ਪ੍ਰਾਈਡ ਲੱਗਦੀ ਸੀ ਕਿ ਕਿੱਡੀ ਵੱਡੀ ਗੱਲ ਹੈ ਕਿ ਇਹ ਜੰਗ ਬੱਚਾ 14 ਸਾਲ 15 ਸਾਲ 16 ਸਾਲ ਦੀ ਏਜ ਤੇ ਵਿੱਚ ਯੂਥ کورٹ ਦੇ ਸਾਰੇ ਪ੍ਰੋਸੈਸ ਚੋਂ ਲੀਗਲ ਪ੍ਰੋਸੈਸ ਚੋਂ ਲੰਘ ਕੇ ਆਇਆ ਐਂਡ ਹੀ অর ਸ਼ੀ ਇਜ਼ ਨਾਟ ਅਪੋਲੋਜੈਟਿਕ ਐਟ 올 ਤਾਂ ਉਹਨਾਂ ਨੂੰ ਇਹ ਉਹਨਾਂ ਦਾ ਮਕਸਦ ਹੀ ਇਹ ਹੋ ਗਿਆ ਕਿ ਗੈਂਗਸ ਦੀ ਇੰਨਾ ਅੱਛਾ ਲਾਈਫਸਟਾਈਲ ਹੈ ਹੂ ਗੈਂਗਸ ਜੁਆਇਨ ਕਰਨ ਤਾਂ ਅਸੀਂ ਉਹ ਚੀਜ਼ ਨੂੰ ਵੀ ਰੋਕਣਾ ਚਾਹੁੰਦੇ ਹਾਂ ਇਸੇ ਕਰਕੇ ਅਸੀਂ ਗੈਂਗ ਮੈਂਬਰਸ਼ਿਪ ਨੂੰ ਇੱਕ ਐਗਰੇਵੇਟਿੰਗ ਫੈਕਟਰ ਬਣਾਇਆ ਜਿਸ ਇਸ ਸੈਂਟੈਂਸਿੰਗ ਐਕਟ ਜਿਹੜਾ ਹੁੰਦਾ ਜਿਹੜਾ ਜੱਜਸ ਦੇਖ ਕੇ ਸਜ਼ਾ ਦ ਉਹ ਹੈਗਾ ਯਾ ਉਹ ਵੀ ਸਖਤ ਹੋਣਾ ਜ਼ਰੂਰੀ ਹੈ ਕਿ ਜਜਸ ਉਹਦੇ ਵਿੱਚ ਰਹਿ ਕੇ ਆਪਣੀ ਛੂਟ ਜਿਹੜੀ ਆ ਉਹ ਯੂਜ਼ ਕਰ ਦੇਣੇ ਉਹ ਦੂਸਰੀ ਗੱਲ ਜਿੱਦਾਂ ਤੁਸੀਂ ਕਿਹਾ ਯੂਥ ਜਿਹੜਾ ਹੈਗਾ ਹੈ ਕ੍ਰਿਮੀਨਲਸ ਹੈ ਕਿਨੇ ਤੁਹਾਨੂੰ ਯਾਦ ਹੋਵੇਗਾ ਕਿ ਪਹਿਲੀ ਸਰਕਾਰ ਜਿਲੇ ਨੈਸ਼ਨਲ ਪਹਿਲੀ ਵਾਰ ਸੀਗੀ ਉਹਨਾਂ ਨੇ ਜਿਹੜੀ ਯੂਥ ਏਜ ਹੈ ਕੀ ਯੂਥ ਜਸਟ ਅ ਸਟਡੀ ਏਜ ਹੈ ਕੀ ਉਹ ਘਟਾ ਦਿੱ ਬढ़ा ਦਿੱਤੀ ਸੀਗੀ 18 ਕਰ ਦਿੱਤੀ ਸੀਗੀ ਤਾਂ ਅਸੀਂ ਐਕਟ ਪਾਰਟੀ ਨੇ ਇਹ ਇਲੈਕਸ਼ਨ ਤੋਂ ਪਹਿਲਾਂ ਕੈਂਪੇਨ ਕੀਤਾ ਸੀਗਾ ਕਿ ਅਸੀਂ ਇਹਨੂੰ ਘਟਾ ਦਾਂਗੇ ਯਾਨੀ ਕਿ ਉਹਨੂੰ ਯੂਥ ਕੋਰਟ 'ਚ ਨਹੀਂ ਪੇਸ਼ ਕੀਤਾ ਜਾਏਗਾ ਅੱਛਾ ਬਲਕਿ ਕਿ ਨਾਰਮਲ ਕੋਰਟ 'ਚ ਪੇਸ਼ ਕੀਤਾ ਜਾਏਗਾ ਅਛਾ ਸੀ ਕਿ ਅਸੀਂ 18 ਤੋਂ 17 ਕਰ ਦਾਂਗੇ ਲੇਕਿਨ ਜੇ ਸਾਡੇ ਜਿਹੜੇ ਲਿਸਨਰਸ ਨੇ ਸਾਨੂੰ ਇਹਨਾਂ ਫੋਰਡ ਦਿੰਦੇ ਤਾਂ ਅਸੀਂ ਇਹ ਕੋਲੀਸ਼ਨ ਐਗਰੀਮੈਂਟ ਦੇ ਵਿੱਚ ਬਣਾ ਪਾਉਂਦੇ ਹੁਣ ਉਹ ਇਸ ਵੇਲੇ ਕੋਲੀਸ਼ਨ ਐਗਰੀਮੈਂਟ 'ਚ ਨਹੀਂ ਹੈ ਤੁਸੀਂ ਇਹ ਨੋਟ ਕੀਤੀ ਹੈ ਵੀ ਸਾਡੇ ਲੋਕ ਜਦੋਂ ਚਾਹੇ ਲੋਕਲ ਗਵਰਨਮੈਂਟ ਕਾਉਂਸਲ ਦੀ ਗੱਲ ਕਰਦੇ ਆਂ ਚਾਹੇ ਫੈਡਰਲ ਗਵਰਨਮੈਂਟ ਦੀ ਗੱਲ ਕਰਦੇ ਵੈਨੈਵਰ ਯੂ ਆਸਕ ਥੈਮ ਟੂ ਹੈਵ ਯਰ ਸੇ ਉਹਨਾਂ ਦੀ ਇਨਵੋਲਵਮੈਂਟ ਇੰਨੀ ਜ਼ਿਆਦਾ ਨਹੀਂ ਹੁੰਦੀ ਅਨਫੋਰਚਨਟਲੀ ਇੱਕ ਬੜਾ ਵੱਡਾ ਫੈਕਟਰ ਹੈ ਇਹ ਵੀ ਹੁੰਦਾ ਹੈ ਹੋਰ ਕਈ ਵੇਲੇ ਕੀ ਹੁੰਦਾ ਹੈ ਕਿ ਸਾਡੀ ਕਮਿਊਨਿਟੀ ਤੱਕ ਮੈਂ ਦੋ ਹੀ ਪਾਸੇ ਇਹ ਕਹੂੰਗੀ ਮੈਂ ਕਮਿਊਨਿਟੀ ਕੱਲੀ ਨੂੰ ਬਲੇਮ ਨਹੀਂ ਕਰਨਾ ਚਾਹੂੰਗੀ ਇਹ ਵੀ ਕਹਿਣਾ ਚਾਹੂੰਗੀ ਕਿ ਸਾਡੇ ਸਾਰਿਆਂ ਦਾ ਵੀ ਰੋਲ ਬੰਦਾ ਹੈ ਪੋਲੀਟੀਸ਼ੀਅਨਸ ਦਾ ਮੀਡੀਆ ਦਾ ਕਿਸੇ ਕਮਿਊਨਿਟੀ ਨੂੰ ਪੂਰੀ ਤਰ੍ਹਾਂ ਨਾਲ ਅਚੀ ਤਰ੍ਹਾਂ ਐਕਸਪਲੇਨ ਕਰ ਸਕੀਏ ਮੈਨੂੰ ਇਹ ਸਮਝ ਆਇਆ ਹੈ ਕਿ ਕਈ ਵੇਲੇ ਜਦ ਅਸੀਂ ਕੋਈ ਚੀਜ਼ ਬੋਲਦੇ ਹਾਂ ਉਹ ਕਮਿਊਨਿਟੀ ਨੂੰ ਪੂਰੀ ਤਰ੍ਹਾਂ ਨਾਲ ਐਕਚੁਅਲੀ ਸਮਝ ਵੀ ਨਹੀਂ ਆਉਂਦੀ ਜਿਸ ਦਾ ਮਤਲਬ ਕੀ ਹੈ ਕਿ ਲੈਂਗੁਏਜ ਬੈਰੀਅਰ ਨਹੀਂ ਹੈਗਾ ਇਹ ਜਿੱਦਾਂ ਹੈਗਾ ਹੈ ਕਿ ਪੂਰਾ ਐਕਸਪਲੇਨ ਕਰਨਾ ਹਿਸਟਰੀ ਕੀ ਹੈ ਜਿੱਦ ਆ ਤੁਹਾਡੀ ਐਗਜ਼ਾਮਪਲ ਤੋਂ ਪਹਿਲਾਂ ਮੈਂ ਤੁਹਾਡੀ ਚੀਜ਼ ਫੜਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀ ਟ੍ਰੀਟੀ ਆ ਵਾਇਟਾਂਗੀ ਨੂੰ ਲੈ ਕੇ ਜੀ ਕਿੰਨੇ ਸਵਾਲ ਲੋਕਾਂ ਦੇ ਮਨਾਂ ਦੇ ਵਿੱਚ ਐਕਟ ਪਾਰਟੀ ਦੇ ਵਤਿਰੀ ਨੂੰ ਲੈ ਕੇ ਉੱਠੇ ਲੇਕਿਨ ਉਹਦੀ ਜਿਹੜੀ ਅਸਲ ਡੈਫੀਨੇਸ਼ਨ ਸੀ ਜਦੋਂ ਐਕਸਪਲੇਨ ਕੀਤੀ ਗਈ ਬਰਕਰਾਰ ਅੱਗੇ ਤੋਂ ਬਾਅਦ ਲੋਕਾਂ ਨੂੰ ਸਮਝ ਆ ਗਿਆ ਕਿ ਅਸਲ ਦੇ ਵਿੱਚ ਕਾਰਨ ਇਹ ਨਹੀਂ ਆ ਆ ਸਿਰਫ ਇਹ ਚੀਜ਼ ਰਿਵਿਊ ਕੀਤੀ ਜਾ ਰਹੀ ਹੈ ਦੈਟਸ ਆਲ ਜੀ ਜੀ ਇਹ ਵੀ ਗੱਲ ਸਹੀ ਹੈ ਹੋਰ ਟ੍ਰੀਟੀ ਆਫ ਵਾਇਟਾਂਗੀ ਜਿਹਦਾ ਤੁਸੀਂ ਕਿਹਾ ਸਾਡੇ ਲਈ ਤਾਂ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਸੀਂ ਇੱਥੇ ਆਏ ਆਂ ਸਾਡੇ ਇਹ ਸਾਡਾ ਘਰ ਆ ਠੀਕ ਹੈ ਸਾਡੀ ਬਰਥਪਲੇਸ ਹੈ ਅਸੀਂ ਉਹਨੂੰ ਪੂਰੀ ਇੱਜ਼ਤ ਦਿੰਨੇ ਆ ਸਾਡੇ ਇਸ ਨਵੇਂ ਘਰ ਨੂੰ ਅਸੀਂ ਪੂਰੀ ਇੱਜ਼ਤ ਦਿੰਨੇ ਆ ਸਾਡੇ ਬੱਚੇ ਇੱਥੇ ਦੇ ਬORN ਨੇ ਅਸੀਂ ਚਾਹੁੰਦੇ ਹਾਂ ਉਹਨਾਂ ਲਈ ਇੱਕ ਅੱਛਾ ਫਿਊਚਰ ਹੋਵੇ ਸਾਡੇ ਬੱਚੇ ਸਾਡੇ ਮੰਗਰ ਮਾਈਗ੍ਰੈਂਟ ਨਾ ਬਣਨ ਕਿਸੇ ਹੋਰ ਕੰਟਰੀ 'ਚ ਆਪਣਾ ਫਿਊਚਰ ਨਾ ਲੱਭਣ ਹੋਰ ਕਿਉਂਕਿ ਅਸੀਂ ਇਸ ਕੰਟਰੀ 'ਚ ਆਏ ਆਂ ਕਿਉਂਕਿ ਅਸੀਂ ਆਪਣਾ ਫਿਊਚਰ ਬੈਟਰ ਕਰਨ ਆਏ ਆਂ ਜੀ ਹੋਰ ਮੈਂ ਇਹ ਮੇਰੇ ਨੂੰ ਇਸ ਕੈਂ ਦਾ ਤਾਂ ਜਿਹੜੇ ਲੋਕ ਨੇ ਇਸੇ ਰੀਜ਼ਨ ਕਰਕੇ ਮਾਈਗਰੇਟ ਹੋਏ ਨੇ ਤੇ ਟ੍ਰੀਟੀ ਆਫ ਵਾਇਟਾਂਗੀ ਦੇ ਵਿੱਚ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਸਾਰੇ ਜਿਹੜੇ ਬਰਾਬਰ ਹੋਣੇ ਚਾਹੀਦੇ ਆ ਕਿ ਜਿਹੜੀ ਜਿਹੜੀ ਬੰਦੇ ਦੀ ਰੇਸ ਹੈ ਕੀ ਆ ਉਹ ਫੈਕਟਰ ਨਹੀਂ ਹੋਣੀ ਚਾਹੀਦੀ ਬੰਦੇ ਦਾ ਜੋ ਪੋਟੈਂਸ਼ੀਅਲ ਹੈਗਾ ਉਹ ਹੋਣਾ ਚਾਹੀਦਾ ਹੋਰ ਇਸੇ ਸਿਲਸਿਲੇ ਦੇ ਵਿੱਚ ਹੁਣ ਪਾਰਲੀਮੈਂਟ ਦੇ ਵਿੱਚ ਜਿੱਲੇ ਮੈਂ ਬੈਠਦੀ ਆ ਦੇਖਦੀ ਆ ਕੀ ਹੋ ਰਿਹਾ ਹੈਗਾ ਤੁਹਾਨੂੰ ਐਸੀ ਕੋਈ ਚੁੱਚੀ ਆਈ ਕਾਦ ਲਈ ਬੰਨੂ ਇਹ ਰੀਜ਼ਨ ਤੁਸੀਂ ਇਦਾਂ ਉੱਠ ਕੇ ਐਡੀ ਗੱਲ ਕਹਦੇ ਹੋਗੇ ਜੀ ਤੁਸੀਂ ਆਪਣਾ ਮਾਨਿਕ ਰਾਤ ਪਹਿਲਾਂ ਬਣਾਇਆ ਕਿ ਬੜੇ ਚਿਰਾਂ ਤੋਂ ਤੁਹਾਡੇ ਮਨ ਦੇ ਵਿੱਚ ਬੈਕ ਆਫ ਯੂ ਮਾਈਂਡ ਉਹ ਖਿਆਲ ਜਿਹੜਾ ਘੁੰਮ ਰਿਹਾ ਸੀ ਬਹੁਤ ਪਲਾਂ ਹਰ ਮੈਂ ਇਹ ਕਹੂੰਗੀ ਤੁਹਾਨੂੰ ਜਿੱਲੇ ਮੈਂ ਪਹਿਲੀ ਵਾਰ ਮੈਂਬਰ ਆਫ ਪਾਰਲੀਮੈਂਟ ਬਣੀ ਸੀਗੀ 2014 ਦੇ ਵਿੱਚ ਤਾਂ ਮੈਂ ਉਸ ਲਈ ਹੀ ਆਪਣੀ ਸਪੀਚ ਦੇ ਵਿੱਚ ਕਿਹਾ ਸੀਗਾ ਕਿ ਮੈਂ ਇੱਕ ਐਥਨਿਕ ਐਮਪੀ ਨਹੀਂ ਹਾਂ ਮੈਂ ਐਮਪੀ ਵਿਦ ਐਥਨਿਸਿਟੀ ਮੈਨੂੰ ਯਾਦ ਆ ਕਿਉਂਕਿ ਮੈਂ ਇੱਕ ਸਾਇੰਟਿਸਟ ਆ ਉਸ ਲਈ ਮੈਂ ਫੈਮਲੀਜ਼ ਕਮਿਸ਼ਨਰ ਵੀ ਰਹੀ ਸੀਗੀ ਮੈਂ ਬਿਜ਼ਨਸ ਵੀ ਕਰਦੀ ਆ ਤਾਂ ਸਾਨੂੰ ਇਹ ਨਾ ਦੇਖੋ ਕਿ ਸਿਰਫ ਐਥਨਿਕ ਬਾਕਸ ਪਰਣ ਲਈ ਨਾ ਸਾਨੂੰ ਬਿਠਾਓ ਸਾਨੂੰ ਇਸ ਕਰਕੇ ਬਿਠਾਓ ਕਿਉਂਕਿ ਅਸੀਂ ਕੁਝ ਕੰਟਰੀਬਿਊਟ ਕਰਦੇ ਆ ਇਹ ਗੱਲ ਪਾਰਟੀਆਂ ਨੂੰ ਚੰਗੀ ਲੱਗਦੀ ਆ ਜੋ ਤੁਸੀਂ ਇਹਦਾ ਬਲੰਟ ਹੋ ਕੇ ਕਿਹਾ ਨਹੀਂ ਪਾਰਟੀ ਨੂੰ ਇਹ ਗੱਲ ਬਹੁਤ ਚੰਗੀ ਲੱਗਦੀ ਆ ਇਸੇ ਕਰਕੇ ਮੈਂ ਐਕਟ ਪਾਰਟੀ ਦੇ ਵਿੱਚ ਆ ਅਸੀਂ ਆਪਣੀ ਜਿਹੜੀ ethnicities ਲਈ ਪ੍ਰਾਊਡ ਆ ਉਹ ਤਾਂ ਅਸੀਂ ਆਪਣੇ ਨਾਲ ਲਿਆਉਂਦੇ ਹੀ ਆ ਔਰ ਉਹਦੀ ਸਮਝ ਤਾਂ ਅਸੀਂ ਦਵਾਗੇ ਸਾਰਿਆਂ ਨੂੰ ਲੇਕਿਨ ਸਾਨੂੰ ਤੁਸੀਂ ਸਿਰਫ ਉਸ ਬਾਕਸ 'ਚ ਨਾ ਪਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਅਸੀਂ ਸਾਰੇ ਜਾਣਦੇ ਆ ਕਿ ਹਰ ਇੱਕ ਸਾਡੇ ਬੱਚੇ ਨੂੰ ਹਰ ਇੱਕ ਸਾਡੇ ਪਰਿਵਾਰ ਦੇ ਸਦਸਿਆਂ ਨੂੰ ਸਾਨੂੰ ਸਾਡੇ ਪੋਟੈਂਸ਼ੀਅਲ ਦੇ ਹਿਸਾਬ ਨਾਲ ਸਾਨੂੰ ਸਾਡੇ ਜਜ ਕੀਤਾ ਜਾਵੇ ਕਰੈਕਟਰ ਦੇ ਹਿਸਾਬ ਨਾਲ ਜਜ ਕੀਤਾ ਜਾਵੇ ਨਾ ਕਿ ਕਿ ਸਾਡੀ ਰੇਸ ਦੇ ਹਿਸਾਬ ਨਾਲ ਸਾਨੂੰ ਜਜ ਕੀਤਾ ਜਾਵੇ ਇਹ ਬੰਦ ਹੋਣਾ ਬਹੁਤ ਜ਼ਰੂਰੀ ਹੈ ਪਰ ਇਹ ਕਹਿਣਾ ਕਿ ਇੱਕ ਰੇਸ ਦੂਸਰੀ ਰੇਸ ਨਾਲ ਉਹਨੂੰ ਪਹਿਲ ਮਿਲਣੀ ਚਾਹੀਦੀ ਹੈ ਪ੍ਰਾਇੋਰਟੀ ਮਿਲਣੀ ਚਾਹੀਦੀ ਹੈ ਉਹ ਪੂਰੀ ਤਰ੍ਹਾਂ ਨਾਲ ਗਲਤ ਹੈ ਯੂਨੀਵਰਸਿਟੀ ਦੇ ਵਿੱਚ ਵੱਖਰੀ ਜਿਹੜੇ ਐਲੋਕੇਟਡ ਏਰੀਆਜ਼ ਨੇ ਉਹਦੇ ਕਰਕੇ ਵੀ ਹੁਣ ਤੋਂ 2 ਮਹੀਨੇ ਪਹਿਲਾਂ ਬੜੀ ਚਰਚਾ ਚੱਲਦੀ ਰਹੀ ਤੁਸੀਂ ਦੱਸਣਾ ਕਿਨੇ ਕੀਤੀ ਚਰਚਾ ਉਹ ਬਿਲਕੁਲ ਬਿਲਕੁਲ ਮੈਂ ਤੁਹਾਡੇ ਮੂੰਹੋਂ ਸੁਣਾਉਣਾ ਚਾਹਣਾ ਤਾਂ মিডিਆ ਦੇ ਵਿੱਚ इवन ਮੌਰੀ ਟੀਵੀ ਨੇ ਮੈਨੂੰ ਇਨਵਾਈਟ ਕੀਤਾ ਇੰਟਰਵਿਊ ਕਰਨ ਲਈ ਮੈਂ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਮੈਂ ਬਲੀਵ ਕਰਦੀ ਹਾਂ ਜੋ ਮੈਂ ਕਹਿ ਰਹੀ ਹਾਂ ਮੈਂ ਮੌਰੀ ਟੀਵੀ ਨੂੰ ਵੀ ਫਰੰਟਪ ਕਰੂੰਗੀ ਕੋਰੋਨਾ ਨੇ ਵੀ ਆਪਣੇ ਤੇ ਇੰਟਰਵਿਊ ਮੇਰੀ ਚਲਾਇਆ ਕੀ ਹੈ ਫਿਰ ਯੂਨੀਵਰਸਿਟੀ ਦੇ ਨਾਲ ਮੈਂ ਜਾ ਕੇ ਮੀਟਿੰਗਸ ਕੀਤੀਆਂ ਆ ਕਿਆਂ ਫਰਮੈਂ ਇਸ ਚੀਜ਼ ਨੂੰ ਚਾਹਨੀ ਹੈ ਕਿ ਜਿੱਲੇ ਤੁਸੀਂ ਇੱਕ ਅਲੱਗ ਸਪੇਸ ਬਣਾ ਦਿੰਨੇ ਆ ਮੌਰੀ ਹਰ ਪੈਸੀਫਿਕਾ ਸਟੂਡੈਂਟਸ ਲਈ ਹਰ ਬਾਰ ਇੱਕ ਸਾਈਨ ਲਾ ਦਿੰਨੇ ਕਿ ਇਹ ਸਪੇਸ ਕੱਲਾ ਮੌਰੀ ਹਰ ਪੈਸੀਫਿਕਾ ਸਟੂਡੈਂਟਸ ਲਈ ਹੈ ਮੇਰਾ ਸਵਾਲ ਇਹ ਸਗਾ ਕਿ ਜਿੱਲੇ ਸਟੂਡੈਂਟਸ ਯੂਨੀਵਰਸਿਟੀ ਜਾਂਦੇ ਨੇ ਉੱਥੇ ਉਹ ਠੀਕ ਹੈ ਪੜ੍ਹਾਈ ਕਰਨ ਜਾਂਦੇ ਨੇ ਲੇਕਿਨ ਉਤੋਂ ਲਾਵਾ ਆਪਣੇ ਐਕਸਪੀਰੀਅੰਸ ਸ਼ੇਅਰ ਕਰਨ ਜਾਂਦੇ ਨੇ ਆਈਡੀਆ ਸ਼ੇਅਰ ਕਰਨ ਜਾਂਦੇ ਨੇ ਔਰ ਉੱਥੇ ਇੱਕ ਉਹਨਾਂ ਨੂੰ ਹੋਰ ਵੀ ਮੌਕਾ ਮਿਲਦਾ ਦੂਸਰੇ ਦੇ ਕਲਚਰਸ ਦੇ ਬਾਰੇ ਸਮਝਣ ਦਾ ਕਿਉਂਕਿ ਸਪਟਾ ਜਾ ਕੇ ਬੇਗਾਨੀ ਮਿਟਣੀ ਚਾਹੀਦੀ ਆ ਜ ਜਿਹਨੂੰ ਤੁਸੀਂ ਅਲੱਗ ਬਿਠਾ ਦਿੰਨੇ ਆ ਤੇ ਦੋ ਤਰ੍ਹਾਂ ਦੀ ਫੀਲਿੰਗਸ ਆਉਂਦੀਆਂ ਇੱਕ ਕਿ ਇੱਥੇ ਬਹੁਤ ਡਰ ਰਿਹਾ ਉਹਨਾਂ ਲੋਕਾਂ ਨੂੰ ਦੂਸਰੀ ਫੀਲਿੰਗ ਇਹ ਆਉਂਦੀ ਹੈ ਕਿ ਕੀ ਇਹ ਲੋਕੀ ਬਹੁਤ ਸਪੈਸ਼ਲ ਨੇ ਕਿਹਨਾਂ ਲਈ ਇਹਨਾਂ ਕਮਰਾ ਬਣਾਇਆ ਅਲੱਗ ਜਿਹਾ ਬਣਾਇਆ ਹੈ ਨਾ ਤਾਂ ਉਹਦੇ ਨਾਲ ਕੀ ਹੈ ਕਿ ਤੁਸੀਂ ਹੋਰ ਡਿਵੀਜ਼ਨ ਕ੍ਰੀਏਟ ਕਰ ਰਹੇ ਹੋ ਇਸੇ ਕਰਕੇ ਮੈਂ ਉਹਨਾਂ ਦੇ ਖਿਲਾਫ ਵੀ ਬੋਲੀ ਕਿਉਂਕਿ ਮੈਂ ਐਕਟ ਪਾਰਟੀ ਦੇ ਵਿੱਚ ਜਿਹੜੀ ਟੈਚਰੀ ਐਜੂਕੇਸ਼ਨ ਹੋਰ ਸਕਿੱਲਸ ਦੀ ਸਪੋਕਸਪਰਸਨ ਸੀ ਤਾਂ ਉਸ ਐਸਸੀ ਦੇ ਨਾਲ ਮੈਂ ਯੂਨੀਵਰਸਿਟੀਆਂ ਨੂੰ ਇਹ ਚੀਜ਼ਾਂ ਤੇ ਕਿਹਾ ਔਰ ਉਹਦੇ ਬਾਅਦ ਮੈਂ ਸਾਰੀ ਯੂਨੀਵਰਸਿਟੀਆਂ ਨੂੰ ਲੈਟਰ ਲਿਖੇ ਕਿ ਆਪਣੀ ਆਪਣੀ ਸਿਚੁਏਸ਼ਨ ਮੈਨੂੰ ਦੱਸੋ ਕਿ ਤੁਹਾਡੀ ਸਿਚੁਏਸ਼ਨ ਕੀ ਹੈ ਕੀ ਹੈ ਕਿਉਂਕਿ ਮੈਂ ਇਹ ਜਾਣੀ ਹੈ ਕਿ ਜਿਹੜੇ ਪੇਰੈਂਟਸ ਨੇ ਉਹ ਆਪਣੇ ਆਪ ਜੱਜ ਕਰ ਸਕਣ ਕਿਹੜੀ ਯੂਨੀਵਰਸਿਟੀ ਕੀ ਆਫਰ ਕਰਦੀ ਹੈ ਕੀ ਦੇ ਵਿੱਚ ਪਿਜਾ ਡਾ ਸਾ ਨਜੀ ਤੋਰਤੇ 29 ਸਾਲ ਪਹਿਲਾਂ ਜਦੋਂ ਇਸ ਮੁਲਕ ਨੂੰ ਤੁਸੀਂ ਆਪਣੀ ਮੰਜ਼ਲ ਦੇ ਤੌਰ ਤੇ ਚੁਣਿਆ ਸੀ ਤੁਸੀਂ ਸੋਚਿਆ ਸੀ ਵੀ ਇੱਕ ਸਮਾਂ ਇਦਾਂ ਦਾ ਹੋਣਾ ਜਦੋਂ ਮੈਂ ਪ੍ਰੋਫੈਸ਼ਨਲੀ ਇਨੀ ਮੈਚੁਰ ਹੋਣਾ ਮੈਂ ਨਹੀਂ ਬਲੰਟ ਸਟੇਟਮੈਂਟਸ ਦਿਆ ਕਰਨੀਆਂ ਤੇ ਪਾਰਟੀ ਮੇਰੀ ਬੈਕਅਪ ਕਰਿਆ ਕਰੂਗੀ ਨਾਲ ਕਮਿਊਨਿਟੀ ਖੜਿਆ ਕਰੂਗੀ ਅ ਪਰਮੰਦਰ ਜੀ ਮੈਂ ਇਹ ਕਹੂੰਗੀ ਕਿ ਤੁਸੀਂ 29 ইয়ারਸ ਵੀ ਕੈਲਕੂਲੇਟ ਕਰ ਲਏ ਮੈਡ ਮਾਰ ਕਰਦੀਆਂ ਤੁਸੀਂ ਅ ਮੈਜਰਲੇ ਨਿਊਜ਼ੀਲੈਂਡ ਚਾਈ ਸੀ গীতা ਮੇਰਾ ਸਿਰਫ ਇੱਕੋ ਹੀ ਮਕਸਦ ਸੀਗਾ ਜੀ ਔਰ ਉਹ ਸਗਾ ਸਾਇੰਟਿਸਟ ਬੰਨਾ ਔਰ ਮੇਰੇ ਪਰਿਵਾਰ ਦੀ ਦੇਖਭਾਲ ਕਰਨਾ ਜੀ ਜੀ ਲੇਕਿਨ ਕਹਿੰਦੇ ਹੁੰਦੇ ਹਨ ਨਾ ਕਿ ਲਾਈਫ ਦੇ ਵਿੱਚ ਬਟ ਵੈਰੀ ਚੈਲੈਂਜਿੰਗ ਹਾਂ ਦੇਖੋ ਸਮੇਂ ਤੇ ਸਾਰਾ ਕੁਝ ਦੇਖਣਾ ਇਨਾ ਸੌਖਾ ਨਹੀਂ ਹੈ ਜੀ ਜੀ ਤਾਂ ਮੈਂ ਹੀ ਕਹੂੰਗੀ ਕਿ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਰਿਵਾਰ ਦੀ ਕਿ ਸਾਰੇ ਜਿਹੜੇ ਹੈ ਕੇ ਨੇ ਕਾਫੀ ਸਪੋਰਟਿਵ ਰਹੇ ਨੇ ਕਿਉਂਕਿ ਮੈਂ ਚੈਲੰਜਸ ਪਸੰਦ ਕਰਦੀ ਆ ਪਰ ਮੈਂ ਇਹ ਵੀ ਕਹੂੰਗੀ ਕਿ ਮੈਂ ਸ਼ੁਕਰਗੁਜ਼ਾਰ ਆ ਹਮ ਉਹਨਾਂ ਜਿਹੜੇ ਫਰੈਂਡ ਸਰਕਲਸ ਆਉਂਦੇ ਨੇ ਕਿਉਂਕਿ ਅਸੀਂ ਕਈ ਲੋਕਾਂ ਨਾਲ ਮਿਲਦੇ ਨੇ ਫਿਰ ਕਈ ਲੱਕੀ ਤੁਹਾਨੂੰ ਤੁਹਾਡੇ ਤੇ ਤੁਹਾਡੇ ਨਾਲੋਂ ਜ਼ਿਆਦਾ ਜਿੱਦਾਂ ਭਰੋਸਾ ਦਿਖਾਉਂਦੇ ਨੇ ਕਿ ਤੁਸੀਂ ਆ ਕਰੋ ਤੁਸੀਂ ਆ ਕਰੋ ਹਾਂ ਜੀ ਤਾਂ ਫਿਰ ਉਹਨਾਂ ਨਾਲ ਜਿੱਦਾਂ ਇਹ ਹੈ ਕਿ ਮੈਂ ਮੈਂਬਰ ਆਫ ਪਾਰਲੀਮੈਂਟ ਬਣੀ 2014 ਚ ਤੋਂ ਪਲਾਂ ਫੈਮਿਲੀਜ਼ ਕਮਿਸ਼ਨਰ ਬਣੀ ਸੀਗੀ ਬਿਲਕੁਲ ਬਿਲਕੁਲ ਮੈਂ ਕਿ ਸੈਂਸਰ ਬੋਰਡ ਦੇ ਵਿੱਚ ਵੀ ਤੁਹਾਡਾ ਹਾਂਜੀ ਸੈਂਸਰ ਬੋਰਡ ਸੀ ਜਿਹੜੇ ਮਿਨਿਸਟਰ ਸਗੇ ਉਹਨਾਂ ਨੇ ਮੈਨੂੰ ਅਪਾਇੰਟ ਕੀਤਾ ਹੋਇਆ ਸੀ ਜਿਹੜਾ ਇੰਟਰਨਲ ਅਫੇਅਰਸ ਦਾ ਹੈਗਾ ਤਾਂ ਕਾਫੀ ਸਾਰੀ ਪੋਜੀਸ਼ਨ ਜਿਹੜੀਆਂ ਉਹ ਨਿਭਾਉਣ ਤੋਂ ਬਾਅਦ ਰੈਨ ਨੂੰ ਇਹ ਲੱਗਦਾ ਹੈ ਕਿ ਮੇਰੇ ਕੋਲ ਉਹ ਸਾਰਾ ਐਕਸਪੀਰੀਅੰਸ ਹੈਗਾ ਆ ਜੀ ਅਹੋਰ ਇੱਕ ਮਲਟੀਡਿਸਪਲਿਨਰੀ ਐਕਸਪੀਰੀਅੰਸ ਹੈ ਕਾਇਆ ਪਰ ਮਨੂ ਇਹ ਮੰਨਣਾ ਮੇਰਾ ਇਹ ਮੰਨਣਾ ਹੈ ਕਿ ਤੁਸੀਂ ਪਾਰਲਮੈਂਟ ਦੇ ਵਿੱਚ ਆ ਤਾਂ ਮਨੂੰ ਇਹ ਲੱਗਦਾ ਹੈ ਕਿ ਸਾਰਿਆਂ ਦੀ ਤੁਹਾਡੀ ਸਾਰਿਆਂ ਦੀ ਇਹ ਉਮੀਦ ਹੁੰਦੀ ਹੈ ਕਿ ਅਸੀਂ ਇਵਨ ਜੀ ਕੈਂਡੀਡੇਟ ਹੋ ਕੇ ਜੋ ਇਸ਼ੂਸ ਨੇ ਉਹਨਾਂ ਨੂੰ ਬੋਲੀਏ ਤਾਂ ਮੈਂ ਉਹੀ ਕਰ ਰਹੀ ਆ ਪਾਰਟੀ ਦੇ ਵਿੱਚ ਵੀ ਐਕਟ ਪਾਰਟੀ ਦੇ ਕੋਰਟਫੋਲੀਓ ਤੁਹਾਨੂੰ ਜ਼ਿਆਦਾ ਨਹੀਂ ਦੇ ਦਿੱਤੇ ਹੁਣ ਮੈਨੂੰ ਇਹ ਸਮਝ ਆਉਂਦੀ ਹੈ ਕਿ ਕਿਹੜਾ ਸਵਾਲ ਪੁੱਛਾਂ ਕਿਹੜਾ ਛੱਡਾਂ ਹੁਣ ਜੇ ਇਮੀਗ੍ਰੇਸ਼ਨ ਦੀ ਗੱਲ ਕਰਦਾ ਤਾਂ ਇਹ ਜਿਹੜਾ ਮਜ਼ਮੂਨ ਆ ਸਾਡੀ ਕਮਿਊਨਿਟੀ ਦੇ ਦਿਲ ਦੇ ਬਹੁਤ ਕਰੀਬ ਆ ਸਹੀ ਹੈ। ਮੂਜੀ ਪਾਸੇ ਸਾਡੇ ਜਿਹੜੇ ਬਜ਼ੁਰਗ ਆ ਉਹ ਮੇਰੇ ਨਾਲ ਬਹੁਤ ਵਾਰ ਚਰਚਾ ਕਰ ਚੁੱਕੇ ਆ ਵੀ ਕਾਕਾ ਇਥੇ ਦੀ ਪੜ੍ਹਾਈ ਦਾ ਸਿਸਟਮ ਬਹੁਤ ਇੰਪਰੂਵ ਕਰਨੇ ਵਾਲਾ ਆ। ਸੋ ਇਹ ਦੋ ਸਵਾਲਾਂ ਦੇ ਸੰਖੇਪ ਜਵਾਬ ਤੁਹਾਡਾ ਜ਼ਰੂਰ ਚਾਹੂੰਗਾ ਕਿਉਂਕਿ ਇਮੀਗ੍ਰੇਸ਼ਨ ਨੂੰ ਲੈ ਕੇ ਸਾਡੇ ਲੋਕ ਬਹੁਤ ਸਥੇ ਹੋਏ ਆ ਉਹ ਕਹਿੰਦੇ ਵੀ ਮਾਪਿਆਂ ਦੇ ਲਈ ਲੰਬੇ ਮਿਆਦ ਵਾਲੇ ਵੀਜ਼ੇ ਭਾਜੀ ਕਦੋਂ ਸ਼ੁਰੂ ਕਰਨੇ ਇਹਨਾਂ ਨੇ ਜ਼ਰੂਰ ਹੋਰ ਤੁਹਾਨੂੰ ਯਾਦ ਹੋਏਗਾ ਕਿ ਉਹ ਪਾਲਿਸੀ ਜਿਹੜੀ ਉਹ ਮੈਂ ਹੀ ਡਰਾਫਟ ਕੀਤੀ ਸੀਗੀ ਬਿਲਕੁਲ ਹੋਰ ਐਕਟ ਪਾਰਟੀ ਦੇ ਵਿੱਚ ਡੇਵਿਡ ਸੀਮੋਰ ਜਿਹੜੇ ਸਾਡੇ ਲੀਡਰ ਨੇ ਉਹਨਾਂ ਦੇ ਨਾਲ ਮੈਂ ਖੜੇ ਹੋ ਕੇ ਇਹ ਪਾਲਿਸੀ ਅਨਾਉਂਸ ਕੀਤੀ ਸੀਗੀ ਜੀ ਕਿ ਅਸੀਂ ਇਹ ਪਾਲਿਸੀ ਬਣਾਈ ਹੈ ਕੀ ਆ ਜਿਹੜਾ ਕਿ ਐਕਸਪਲੇਨ ਕਰ ਦਵਾਂ ਥੋੜਾ ਜਿਹਾ ਤੁਹਾਡੇ ਲਿਸਨਰਸ ਲਈ ਕਿ ਇਹ ਹੈ ਕਰ ਕਿ ਅਸੀਂ ਕੀਤਾ ਹੈਗਾ ਪੈਰੈਂਟ ਯੂਨੀਅਨ ਵੀਜ਼ਾ ਇਹਨੂੰ ਅਸੀਂ ਕਿਹਾ ਹੈ ਇਹ 5 ਸਾਲ ਦਾ ਵੀਜ਼ਾ ਹੈ ਲੇਕਿਨ ਇਹ ਸਿਰਫ 5 ਸਾਲ ਦਾ ਹੀ ਨਹੀਂ ਹੈ 5 ਸਾਲ ਤੋਂ ਬਾਅਦ ਇਹਨੂੰ ਰੀਨਿਊ ਕੀਤਾ ਜਾ ਸਕਦਾ ਜੇ ਬੰਦੇ ਪੂਰੀ ਤ ਨ ਆਰਡਰਸ ਕੁਝ ਨਹੀਂ ਹੁੰਦਾ ਪੇਮੈਂਟਸ ਟਾਈਮ ਤੇ ਰੱਖਦੇ ਨੇ ਤਾਂ ਉਹਦੇ ਪਿੱਛੇ ਮੈਂ ਕਾਫੀ ਰਿਸਰਚ ਕੀਤੀ ਹੈ ਉਹ ਰਿਸਰਚ ਇਹ ਸੀਗੀ ਕਿ ਹੈਲਥ ਇੰਸ਼ੋਰੈਂਸ ਪੋਸੀਬਲ ਹੈ ਕਰਕੇ ਸਰਕਮਸਟੈਂਸਸ ਕੈਨੇਡੀਅਨ ਪੈਟਰਨ ਦੇ ਉੱਤੇ ਜੀ ਹਾਂ ਜੀ ਪਰ ਇੱਥੇ ਜਿੱਲੇ ਮੈਂ ਕਈ ਹੈਲਥ ਇੰਸ਼ੋਰੈਂਸ ਕੰਪਨੀਆਂਜ਼ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹ 70 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਨਵੇਂ ਕਲਾਇੰਟ ਨਹੀਂ ਲੈਂਦੇ ਆਬਵੀਅਸਲੀ ਹੋਰ ਜ਼ਿਆਦਾਤਰ ਪੇਰੈਂਟਸ ਜਿਹੜੇ ਨੇ ਹੋ ਸਕਦਾ ਕਿ ਯੰਗ ਪੇਰੈਂਟਸ ਵੀ ਹੋਣ ਜੀ ਪਰ ਕਈ ਜ਼ਿਆਦਾਤਰ ਪੇਰੈਂਟਸ ਜਿਹੜੇ ਨੇ ਉਹਨਾਂ ਦੀ ਉਮਰ 70 ਤੋਂ ਉੱਪਰ ਹੋਣ ਦੇ ਚਾਂਸਸ ਹੁੰਦੇ ਨੇ ਜਿਹੜੇ ਨਵੇਂ ਨਹੀਂ ਮਿਲੇਗੀ। ਓਵਰ ਸੀਜ਼ ਕੰਪਨੀਆਂ ਦੀ ਹੈਲਥ ਇੰਸ਼ੋਰੈਂਸ ਨੂੰ ਕਿੰਨਾ ਅਸੀਂ ਟਰਸਟ ਕਰ ਸਕਦੇ ਹਾਂ ਉਹ ਮੰਨੂ ਨਹੀਂ ਪਤਾ। ਇਸ ਕਰਕੇ ਮੈਂ ਚਾਹਦੀ ਸੀ ਲੋਕਲ ਹੋਵੇ। ਬਿਲਕੁਲ ਸਹੀ। ਲੇਕਿਨ ਦੂਸਰੀ ਗੱਲ ਇਹ ਹੈ ਕਿ ਜਿੱਲੇ ਕੋਈ ਕਿਸੇ ਨੂੰ ਹੈਲਥ ਇਸ਼ੂ ਆਉਂਦਾ ਹੈ ਹੋਰ ਉਹ ਮੰਨ ਲਓ ਕਿ ਪੇਰੈਂਟ ਹਸਪੀਟਲ ਚ ਐਂਡ ਅਪ ਹੋ ਗਿਆ। ਹਾਂ ਜੀ। ਕੋਈ ਗਾਰੰਟੀ ਨਹੀਂ ਹੈ ਕਿ ਹੈਲਥ ਇੰਸ਼ੋਰੈਂਸ ਉਹਦਾ ਪੇਮੈਂਟ ਕਰੇਗੀ। ਕਿਉਂਕਿ ਉਹ ਜੇ ਕੋਈ ਕਹਿੰਦੇ ਕਿ ਨਹੀਂ ਹੈ ਕਵਰਡ ਨਹੀਂ ਹੈ ਪ੍ਰੀ ਐਗਜ਼ਿਸਟਿੰਗ ਸੀ ਕੁਝ ਲਿੰਕ ਸਗਾ ਉਹ ਉਹਦੀ ਪੇਮੈਂਟ ਨਹੀਂ ਦੇਗੀ। ਹਾਂ ਜੀ। ਪਰ ਮੈਂ ਜਿਲ੍ਹਾ ਕਮਿਊਨਿਟੀ ਦੇ ਵਿੱਚ ਗਈਆਂ ਮੈਂ ਕਈ ਸਾਰੇ ਇਦਾਂ ਦੇ ਜੀਦੀ ਬਚਾਣਾ ਉਹਨਾਂ ਨੂੰ ਕੀ ਆਪਣੇ ਘਰ ਦੇ ਉੱਤੇ ਦੁਬਾਰਾ ਮੁਰਕੇ ਚ ਲੈਣਾ ਪਿਆ 70 8000 ਕਿਉਂਕਿ ਇੱਥੇ ਹਸਪੀਟਲ ਦਾ ਬਿੱਲ ਬਹੁਤ ਜ਼ਿਆਦਾ ਹੈ ਹੋਰ ਉਹਨਾਂ ਉਹ ਹੁਮਾ ਨਹੀਂ ਜਾਂਦੀ ਕਿ ਸਾਡੀ ਕਮਿਊਨਿਟੀ ਨੂੰ ਆਪਣੇ ਘਰਾਂ ਨੂੰ ਰੀ ਮਾਰਗੇਜ ਕਰਨਾ ਪਵੇ ਇਸੇ ਕਰਕੇ ਅਸੀਂ ਕਿ ਮੈਂ ਕੀ ਕੀਤਾ ਕਿ ਪਰ ਕੈਪੀਟਾਲ ਤੇ ਹੈਲਥ ਕੋਸਟ ਜਿੰਨੀ ਹੈ ਕਿ ਆ ਉਹਦੇ ਸਾਬ ਨਾਲ ਇੱਕ ਕੈਲਕੂਲੇਸ਼ਨ ਕੀਤੀ ਇਹ ਅਸਿਊਮ ਕੀਤਾ ਕਿ ਹਰ ਪੇਰੈਂਟ ਹਸਪੀਟਲ ਚ ਐਂਡ ਅਪ ਨਹੀਂ ਹੋਏਗਾ ਉਹਦੇ ਲਈ ਅਸੀਂ ਅਨਾਉਂਸ ਕੀਤਾ ਸੀਗਾ ਕਿ 3500 ਡਾਲਰ ਪਰ ਪੇਰੈਂਟ ਜਿਦਾ ਇੱਕ ਮਦਰ ਫਾਦਰ ਗ੍ਰੈਂਡਫਾਦਰ ਗ੍ਰੈਂਡਮਦਰ ਜਿੰਨੂੰ ਵੀ ਬੁਲਾਣੇ ਆ ਤੁਸੀਂ ਇੱਕ ਇੱਕ ਬੰਦੇ ਲਈ ਇੰਨਾ ਤੁਸੀਂ ਇੱਕ ਸਾਲ ਦਾ ਪੰਲਾ ਹੀ ਜਮਾ ਕਰਾਉਗੇ ਤਾਂ ਜੇ ਮੰਨ ਲਓ ਕਿ ਕੋਈ ਅਪੇਰੈਂਟ ਤੇ ਲੱਗ ਗਿਆ ਕੁਝ ਕੁਝ ਵੀ ਹੋਰ ਹੋ ਗਿਆ ਹਸਪੀਟਲ ਦੇ ਐਮਰਜੈਂਸੀ ਜਾਣਾ ਪੈ ਗਿਆ ਤਾਂ ਉਹ ਇੱਕ ਬੜਾ ਬਿੱਲ ਤੁਹਾਨੂੰ ਨਹੀਂ ਭਰਨਾ ਪਏਗਾ। ਇਹ ਮੈਂ ਪ੍ਰੋਟੈਕਸ਼ਨ ਲਈ ਲਈ। ਬਹੁਤੇ ਲੋਕ ਮੈਨੂੰ ਸਵੇਰ ਦੀ ਸੈਰ ਦੇ ਦੌਰਾਨ ਕਈ ਵਾਰੀ ਆਵਾਜ਼ ਮਾਰ ਕੇ ਪੁੱਛਦੇ ਆ ਪਰ ਕਹਿੰਦੇ ਡਾਕਟਰ ਸਾਹਿਬ ਨੂੰ ਪੁੱਛੋ ਜ਼ਰੂਰ ਕਿਉਂਕਿ ਉਹ ਵੀ ਤੁਹਾਡੇ ਸ਼ਹਿਰ ਤੋਂ ਪਿੱਛੋਂ ਹਿਸ਼ਾਰਪੁਰੋਂ ਇਹ ਖਰਚਾ ਜ਼ਿਆਦਾ ਨਹੀਂ। ਖਰਚਾ ਨਹੀਂ ਜ਼ਿਆਦਾ ਕਿਉਂਕਿ ਤੁਸੀਂ ਇਹ ਦੇਖੋ ਕਿ ਤੁਸੀਂ ਹੈਲਥ ਦਾ ਉਦਾਂ ਕਿੰਨਾ ਖਰਚਾ ਭਰੋਗੇ। ਤੁਹਾਨੂੰ ਤੁਸੀਂ ਇਹ ਸਿਰਫ 3500 ਸਾਲ ਦੇ ਪਲਣਾ ਤੋਂ ਪਰਨਾ ਇੱਕ ਕਾਫੀ ਸਸਤਾ ਖਰਚ ਸਸਤਾ ਹੈ ਕਈਆਂ ਨੇ ਮੈਨੂੰ ਇਹ ਵੀ ਕਿਹਾ ਓਕੇ ਇਹ ਮੈਂ ਪਿਛਲੇ ਜਲੇ ਸਾਡੀ ਇਮੀਗ੍ਰੇਸ਼ਨ ਕਿਉਂਕਿ ਮੈਂ ਹੈ ਕਿ ਚੇਅਰ ਇੱਕ ਕਮੇਟੀ ਦੀ ਹਾਂਜੀ ਇੱਕ ਇੱਕ ਪੇਰੈਂਟਲੀ ਤਾਂ ਇੱਕ ਮੈਂ ਚੇਅਰ ਹੈ ਕਿ ਇੱਕ ਕਮੇਟੀ ਦੀ ਇਕਨੋਮਿਕ ਡਿਵੈਲਪਮੈਂਟ ਸਾਇੰਸ ਅਰ ਇਨੋਵੇਸ਼ਨ ਦੀ ਪਰ ਦੂਸਰੀ ਕਮੇਟੀ ਹੈ ਕਿ ਮੇਰੀ ਐਜੂਕੇਸ਼ਨ ਔਰ ਵਰਕਫੋਰਸ ਦੀ ਵੀ ਔਰ ਮਾਈ ਪ੍ਰਿਵਿਲੇजेस ਕਮੇਟੀ ਤੇ ਵੀ ਹਾਂ ਤੇ ਜਿਹੜੀ ਇਹ ਵਰਕਫੋਰਸ ਕਮੇਟੀ ਤੇ ਇਮੀਗ੍ਰੇਸ਼ਨ ਦਾ ਮੈਂ ਇਹ ਸਵਾਲ ਪੁੱਛਿਆ ਸੀਗਾ ਟਾਈਮ ਲਾਈਨ ਲੈ ਲਈ ਕਿ ਇਹ ਕਦੋਂ ਲਿਆਇਆ ਜਾਏਗਾ ਓਕੇ ਉਹਨਾਂ ਨੇ ਇਹ ਮੈਨੂੰ ਕਿਹਾ ਜਿਹੜਾ ਕਿ ਇੱਕ মিডিਆ ਨੇ ਕਵਰ ਕੀਤਾ ਹੈਗਾ ਪੋਲਿਟਿਕ ਮੀਡੀਆ ਨੇ ਕਿ ਇਹ ਕਾਫੀ ਟੈਕਨੀਕਲ ਹੈਗਾ ਹਾਲੇ ਉਹਨਾਂ ਦੇ ਕੋਲ ਰਿਸੋਰਸਸ ਨਹੀਂਗੇ ਲੇਕਿਨ ਮੈਂ ਤੁਹਾਨੂੰ ਇਹ ਯਕੀਨ ਦਿਲਾਉਣਾ ਚਾਹਨੀ ਹਾਂ ਤੁਹਾਡੇ ਸਾਰੇ ਲਿਸਨਰਸ ਨੂੰ ਵੀ ਕਿ ਇਹ ਪਾਲਿਸੀ ਅਸੀਂ ਆਪਣੇ ਕੋਲੀਸ਼ਨ ਐਗਰੀਮੈਂਟ ਦੇ ਵਿੱਚ ਪੁਆਈ ਹੈ ਤਾਂ ਇਸ ਤਰ੍ਹਾਂ ਕਿ ਇਹ ਪਾਲਿਸੀ ਇਸ टर्म ਦੇ ਵਿੱਚ ਆਣੀ ਹੀ ਹੈ ਹੋਰ ਮੇਰਾ ਪੂਰਾ ਪ੍ਰੈਸ਼ਰ ਰਹੇਗਾ ਕਿ ਅਸੀਂ ਅਗਲੇ ਸਾਲ ਦੇ ਵਿੱਚ ਇਹਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਈਏ ਚਾਰਟਰ ਸਕੂਲ ਸਾਨੂੰ ਕਦੋਂ ਦੇ ਰਹੇ ਤੁਸੀਂ ਅਪਲਾਈ ਕੀਤਾ ਰੋਲਾ ਕਾਫੀ ਦਿਨ ਦਾ ਪੈ ਰਿਹਾ ਹਾਂਜੀ ਤਾਂ ਹੁਣ ਐਪਲੀਕੇਸ਼ਨਸ ਖੁੱਲ ਗਈਆਂ ਨੇ ਜਿਹੜਾ ਮਨੇ ਮਰਖਲ ਪ੍ਰੋਮਿਸ ਕੀਤਾ ਸੀ ਪਹਿਲੀਆਂ ਦੇ ਵਿੱਚ ਜਦੋਂ ਪ੍ਰਾਈਮ ਮਿਨਿਸਟਰ ਸਨ ਉਸ ਲਈ ਖੁੱਲੇ ਵੀ ਸੀ ਚਾਰਟਰ ਸਕੂਲ ਤੇ ਜਿੱਦਾਂ ਇਹ ਲੋਕਾਂ ਨੇ ਫਿਰ ਬੰਦ ਕਰ ਦਿੱਤੇ ਯੈਸ ਤਾਂ ਇਸ ਵਾਰੀ ਅਸੀਂ ਕਿੱਦਾਂ ਕਰਨਾ ਚਾਹੁੰਦੇ ਹਾਂ ਕਿ ਚਾਰਟਰ ਸਕੂਲਸ ਨੂੰ ਇਸ ਸਕੇਲ ਤੇ ਖੁੱਲਣਾ ਚਾਹੁੰਦੇ ਹਾਂ ਕਿ ਜਿੱਥੇ ਕੋਈ ਵੀ ਗਵਰਨਮੈਂਟ ਆਕੇ ਉਹਨੂੰ ਬੰਦ ਨਾ ਆਸਾਨੀ ਨਾਲ ਕਰ ਸਕੇ ਤਾਂ ਇਹ ਹੁਣ ਐਪਲੀਕੇਸ਼ਨਸ ਖੁੱਲ ਗਈਆਂ ਨੇ ਤਾਂ ਜਿਨ੍ਹਾਂ ਨੇ ਵੀ ਇੰਟਰਸਟਡ ਹੈ ਕਿ ਨਹੀਂ ਕਮਿਊਨਿਟੀ ਆਰਗੇਨਾਈਜੇਸ਼ਨਸ 1590 ਹਰ ਪੰਤੀ ਜਿਹੜੇ ਨੇ ਐਗਜ਼ਿਸਟਿੰਗ ਸਕੂਲ ਅਪਲਾਈ ਕਰ ਸਕਦੇ ਨੇ ਤਾਂ ਅਸੀਂ ਚਾਹਨੇ ਆ ਕਿ ਕਮਿਊਨਿਟੀ ਜਿਹੜੀ ਆ ਉਹ ਜੇ ਇੰਟਰਸਟਿਡ ਹੈ ਤਾਂ ਫੋਰਵਰਡ ਆਵੇ ਹੋਰ ਇਹ ਜਿਹੜਾ ਐਪਲੀਕੇਸ਼ਨ ਪ੍ਰੋਸੈਸ ਹੁਣ ਖੁੱਲਿਆ ਹੈ ਇਹਦਾ ਮੌਕਾ ਉਠਾਵੇ ਲੇਕਿਨ ਜੇ ਕਿਸੇ ਨੂੰ ਕੋਈ ਜਿੱਦਾਂ ਇਨਫੋਰਮੇਸ਼ਨ ਹੋਰ ਚਾਹੀਦੀ ਹੈ ਤਾਂ ਆਨਲਾਈਨ ਜਾ ਕੇ ਸਾਰੀ ਇਨਫੋਰਮੇਸ਼ਨ ਮਿਨਿਸਟਰੀ ਆਫ ਐਜੂਕੇਸ਼ਨ ਮਿਨਿਸਟਰੀ ਆਫ ਐਜੂਕੇਸ਼ਨ ਦੀ ਪੂਰੀ ਇਨਫੋਰਮੇਸ਼ਨ ਅਵੇਲੇਬਲ ਹੈ ਕਿ ਇੱਥੇ ਅਸੀਂ ਚਾਹਨੇ ਆ ਕਿ ਚਾਰਟਰ ਸਕੂਲਸ ਹੋਣੇ ਚਾਹੀਦੇ ਕਿਉਂਕਿ ਸਾਰੇ ਬੱਚੇ ਇੱਕ ਤਰ੍ਹਾਂ ਦੇ ਸਕੂਲ ਸਿਸਟਮ ਚ ਫਿੱਟ ਨਹੀਂ ਹੁੰਦੇ ਹੁਣ ਹਰ ਕੋਈ ਪ੍ਰਾਈਵੇਟ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜ ਨਹੀਂ ਸਕਦਾ ਤਾਂ ਚਾਰਟਰ ਸਕੂਲਸ ਹੋਣੇ ਬਹੁਤ ਜ਼ਰੂਰੀ ਨੇ অপਸ਼ਨਸ ਹੋਣੇ ਐਜੂਕੇਸ਼ਨਸ ਕਿ ਬੱਚਾ ਜਿਹੜਾ ਐਜੂਕੇਸ਼ਨ ਕਿਸੇ ਵੀ ਤਰ੍ਹਾਂ ਹਾਸਲ ਕਰੇ ਕਿਉਂਕਿ ਐਜੂਕੇਸ਼ਨ ਮੇਰੇ ਹਿਸਾਬ ਨਾਲ ਬਹੁਤ ਇੰਪੋਰਟੈਂਟ ਚੀਜ਼ ਹੈ ਕਿਉਂਕਿ ਮੈਂ ਜਦ ਦਾ ਰੇਜ਼ ਹੋਈ ਹਾਂ ਤੁਸੀਂ ਬਹੁਤ ਪੜੇ ਆ ਨਾ ਇਸ ਕਰਕੇ ਤੁਸੀਂ ਇਹਦੀ ਵੈਲਿਊ ਜਾਣਦੇ ਆ ਮੈਂ ਇਹੀ ਕਹੂੰਗੀ ਕਿ ਜਿੱਲੇ ਮੈਂ ਗਰੋ ਅਪ ਹੋ ਰਹੀ ਸੀ ਸਾਡੇ ਘਰ ਸਿਰਫ ਇਹੀ ਮਕਸਦ ਹੁੰਦਾ ਸੀਗਾ ਕਿ ਪੜ ਲਓ ਪੜ ਲਓ ਬਸ ਤਾਂ ਹੋਰ ਸਾਡਾ ਇਹ ਮਕਸਦ ਸਗਾ ਕਿ ਅਸੀਂ ਵੀ ਕੋਸ਼ਿਸ਼ ਕਰੀਏ ਕਿ ਪੇਰੈਂ ਕਰ ਸਕੀਏ ਤੇ ਜਿੰਨੀ ਸਾਡੇ ਹਾਸ ਬਸ ਚ ਸੀਗਾ ਅਸੀਂ ਉਨਾ ਪੜੇ ਸਾਡੇ ਪੇਰੈਂਟਸ ਨੇ ਮੇਰੇ ਫਾਦਰ ਸਾਹਿਬ ਨੇ ਇਹ ਮੈਨੂੰ ਕਿਹਾ ਸੀਗਾ ਕਿ ਦੇਖੋ ਕਿ ਤੁਸੀਂ ਚਾਰ ਕੁੜੀਆਂ ਹੋ ਅਸੀਂ ਚਾਰ ਬੇਟੀਆਂ ਹੂੰ ਠੀਕ ਹੈ ਤੇ ਇੱਕ ਚਾਰ ਬੇਟੀਆਂ ਜਿਹੜੇ ਕਿਸੇ ਪਰਿਵਾਰ ਦੇ ਵਿੱਚ ਹੁੰਦੀਆਂ ਜਿਹਦੇ ਬੈਕ ਤੋਂ ਤੋਰਈ ਸੀਗੀ ਤੇ ਤੁਸੀਂ ਸਮਝ ਸਕਦੇ ਹੋ ਕਿ ਉਸ ਪਰਿਵਾਰ ਨੂੰ ਹਰ ਕੋਈ ਇਹੀ ਕਹਿੰਦਾ ਆ ਕਿੰਨੇ ਬੱਚੇ ਨੇ ਜਿਹੜੇ ਪੇਰੈਂਟਸ ਕਹਿੰਦੇ ਸੀ ਚਾਰ ਬੇਟੀਆਂ oh ਚਾਰ ਬੇਟੀਆਂ ਅਫਸੋਸ ਜ਼ਾਹਿਰ ਕਰਕੇ ਜਾਂਦੇ ਸੀਗੇ ਮੇਰੇ ਇਹ ਤੋਂ ਹਾਂਜੀ ਮੈਂ ਇਹ ਵੀ ਤੁਹਾਨੂੰ ਸ਼ੇਅਰ ਕਰਨਾ ਚਾਹੂੰਗੀ ਕਿ ਜਿਲ੍ਹੇ ਮੇਰੀ ਸਭ ਤੋਂ ਛੋਟੀ ਭੈਣ ਬੋਨ ਹੋਈ ਸੀਗੀ ਅੱਛਾ ਜੀ ਉਸ ਲਈ ਮਨੁਹੋਸ਼ ਸੀਗੀ कि मेरी भे बोन हुई है, जी। कई ओ, और तो हुई है। या लो। मैं देखा है खुद तीन यही कहूंगी की मेरे पेरेंट कांग कहा कि मेरे फादर साहब ने हर इ मेरे को बोहोत ज्यादा मैं थो सिर्फ एक चीज दूंगा ਜੇ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਬਹੁਤ ਜ਼ਿਆਦਾ ਦਹੇਜ ਦੇ ਦਊਗਾ ਉਹ ਨਾ ਉਮੀਦ ਰੱਖਿਓ ਪਰ ਇਹ ਬਹੁਤ ਵੱਡੀ ਗੱਲ ਆ ਜਿਹੜੀ ਤੁਹਾਨੂੰ ਦੇਤੀ ਹਾਂ ਮੈਂ ਇੱਕ ਚੀਜ਼ ਦਊਗਾ ਪਰ ਉਹ ਹੈ ਕਿ ਪੜ੍ਹਾਈ ਕਿਆ ਬਾਤ ਕੋਰੋਣਾ ਨੇ ਇਹ ਕਿਹਾ ਕਿ ਮੈਂ ਪੜ੍ਹਾਈ ਲਈ ਤੁਹਾਨੂੰ ਕਿੱਥੇ ਵੀ ਪੜ੍ਹਨਾ ਹੋਵੇਗਾ ਕਿੰਨਾ ਵੀ ਪੜ੍ਹਨਾ ਹੋਵੇਗਾ ਮੈਂ ਉਹਦੇ ਲਈ ਨੀ ਰੱਖੂੰਗਾ ਮੈਂ ਤੁਹਾਨੂੰ ਪੂਰਾ ਫਾਈਨੈਂਸ਼ੀਅਲੀ ਉਹਦੇ ਲਈ ਸਪੋਰਟ ਕਰੂੰਗਾ ਪਰ ਉਹ ਮੇਰੇ ਮਾਤਾ ਪਿਤਾ ਦਾ ਇੱਕ ਤਰੀਕਾ ਹੈ ਸਗਾ ਸਾਨੂੰ ਐਨਕੋਰੇਜ ਕਰਨ ਦਾ ਕਿ ਇਹ ਨਹੀਂ ਹੈ ਕਿ ਤੁਸੀਂ ਕਹੋ ਕਿ ਮੈਂ ਤਾਂ ਇੱਕ ਡਿਗਰੀ ਕਰ ਲਈ ਹੁਣ ਮੇਰਾ ਵਿਆਹ ਕਰੋ ਮੇਰੇ ਲਈ ਦਾਜ ਇਕੱਠਾ ਕਰੋ ਕਿ ਉਹ ਐਟੀਟਿਊਡ ਨਾਸੀ ਲੈ ਕੇ ਬੈਜੀ ਕਿਉਂਕਿ ਕਈ ਵੇਲੇ ਹੁੰਦਾ ਹੈ ਕਈ ਫੈਮਿਲੀਜ਼ ਦੇ ਵਿੱਚ ਕਿ ਇੱਕ ਡਿਗਰੀ ਕਾਫੀ ਹੁੰਦੀ ਹੈ ਪਰ ਹਰ ਇੱਕ ਦੇ ਸਰਕਮਸਟੈਂਸਸ ਹੁੰਦੇ ਆ ਮੈਂ ਹਰ ਇੱਕ ਨੂੰ ਜਨਰਲਾਈਜ਼ ਨਹੀਂ ਕਰਨਾ ਚਾਹਦੀ ਮੈਂ ਨਹੀਂ ਬਿਲਕੁਲ ਠੀਕ ਹੈ ਲੇਕਿਨ ਸਾਡੇ ਘਰ ਦੇ ਵਿੱਚ ਇਹ ਸਿਗਾ ਕਿ ਜਿੱਦਾਂ ਦੇ ਸਰਕਮਸਟੈਂਸਸ ਆਉਗੇ ਉਸ ਦੇ ਹਿਸਾਬ ਨਾਲ ਅਸੀਂ ਡੀਲ ਕਰਾਂਗੇ ਲੇਕਿਨ ਪਹਿਲੀ ਮੇਰੀ ਕੋਸ਼ਿਸ਼ ਇਹੀ ਹੈ ਕਿ ਮੈਂ ਤੁਹਾਨੂੰ ਐਜੂਕੇਸ਼ਨ ਦੇ ਸਕਾਂ ਉਹਨਾਂ ਨੇ ਸਾਨੂੰ ਚਾਰਾ ਪੈਣਾ ਨੂੰ ਕਾਫੀ ਅੱਛਾ ਪੜਾਇਆ ਤਾਂ ਅਸੀਂ ਵੀ ਆਪਣੀ ਕੋਸ਼ਿਸ਼ ਕੀਤੀ ਕਿ ਫਾਦਰ ਸਾਹਿਬ ਨੇ ਜੋ ਓਪਰਚ्युनिटी ਦਿੱਤੀ ਉਹ ਓਪਰਚ्युनिटी ਦਿੱਤੀ ਉਹਦਾ ਫਾਇਦਾ ਵੀ ਚੱਕ ਲਈਏ ਕਿ ਪੜਾ ਰਹੇ ਨੇ ਤਾਂ ਪੜੀ ਜਾਈਏ ਤਾਂ ਇਸ ਕਰਕੇ ਮੈਂ ਹੀ ਕਹੂੰਗੀ ਕਿ ਜਿੱਦੇ ਮੈਂ ਇੱਥੇ ਵੀ ਆਈ ਆ ਤਾਂ ਮੈਂ ਜਿੱਦਾਂ ਕਿਹਾ ਕਿ ਮੇਰਾ ਮਕਸਦ ਸੀਗਾ ਕਿ ਮੈਂ ਸਾਇੰਟਿਸਟ ਇਹ ਪੀ ਐਚ ਡੀ ਕਰਾਂ ਕਿਉਂਕਿ ਮੈਂ ਐਮ ਐਸ ਸੀ ਕਰਕੇ ਆਈ ਸੀਗੀ ਕੋਨਾ ਯੂਨੀਵਰਸਿਟੀ ਤੋਂ ਤਾਂ ਸਾਰੇ ਨੂੰ ਮੈਂ ਇਹੀ ਕਹੂੰਗੀ ਕਿ ਐਜੂਕੇਸ਼ਨ ਬਹੁਤ ਇੰਪੋਰਟੈਂਟ ਹੈ ਹੋਰ ਇਸ ਕਰਕੇ ਸਾਡੇ ਲਈ ਆਪਸ਼ਨਸ ਹੋਣੇ ਬੱਚਿਆਂ ਲਈ ਜਿਹੜੇ ਕਿ ਨਾਰਮਲ ਪਬਲਿਕ ਸਿਸਟਮਸ ਫਿੱਟ ਨਹੀਂ ਹੋ ਰਹੇ ਨੇ ਉਹਨਾਂ ਲਈ ਹੋਰ ਆਪਸ਼ਨਸ ਹੋਣੇ ਬਹੁਤ ਜ਼ਰੂਰੀ ਨੇ ਤੁਹਾਡੇ ਗੋਣਡ ਤੋਂ ਹੀ ਮੁੰਡਾ ਇੱਕ ਤਸਵੀਰ ਦਾ ਦੂਜਾ ਪਾਸਾ ਦਿਖਾ ਰਿਹਾ ਗਗਨਦੀਪ ਸਿੰਘ ਕਹਿੰਦਾ that means you accept that state schools are below acceptable level why not work towards raising their level ਇਹਦੇ ਤੇ ਤੁਹਾਡੀ ਟਿੱਪਣੀ ਜ਼ਰੂਰ ਚਾਹੀਦੀ ਕਿਉਂਕਿ ਤੁਸੀਂ ਖੁਦ ਇਸ ਚੀਜ਼ ਨੂੰ ਸਮਝਦੇ ਆ ਮੈਂ ਇਹ ਕਹੂੰਗੀ ਕਿ ਦੇਖੋ ਪਬਲਿਕ ਸਕੂਲ ਜਿਹੜੇ ਨੇ ਆਪਣੇ ਤਰੀਕੇ ਨਾਲ ਜਿਹੜੀ ਹੈ ਕਿ ਐਜੂਕੇਸ਼ਨ ਸਿਸਟਮ ਨੂੰ ਡੀਲ ਕਰ ਰਹੇ ਨੇ ਇੱਕ ਉਹ ਸੈਟ ਕਰਿਕੂਲਮ ਜਿਹੜਾ ਹੈਗਾ ਉਹ ਫੋਲੋ ਕਰਦੇ ਨੇ ਜੀ ਹੁਣ ਇਹਦੇ ਵਿੱਚ ਕੀ ਹੁੰਦਾ ਹੈ ਕਿ ਕੱਲਾ ਸਕੂਲ ਦੇ ਉੱਤੇ ਅਸੀਂ ਪੂਰੀ ਰਿਸਪੌਂਸਿਬਿਲਟੀ ਨਹੀਂ ਪਾ ਸਕਦੇ ਸਕੂਲ ਦੀ ਬਹੁਤ ਮੇਜਰ ਰਿਸਪੌਂਸਿਬਿਲਟੀ ਹੁੰਦੀ ਹੈ ਲੇਕਿਨ ਸਾਰਿਆਂ ਦੀ ਇੱਕ ਪਰਸਨਲ ਰਿਸਪੌਂਸਿਬਿਲਟੀ ਵੀ ਆਉਂਦੀ ਹੈ ਕਿਉਂਕਿ ਹਰ ਇੱਕ ਪਬਲਿਕ ਸਕੂਲ ਦੇ ਵਿੱਚ ਚਾਹੇ ਉਹ ਜਿਹੜਾ ਵੀ ਸਕੂਲ ਤੁਸੀਂ ਕਹਿ ਦੋ ਕਿਉਂਕਿ ਮੈਂ ਨਹੀਂ ਕਹਿੰਦੀ ਕੋਈ ਸਕੂਲ ਮਾੜਾ ਹੈ ਆ ਨਹੀਂ ਮਾੜਾ ਪਰ ਹਰ ਸਕੂਲ ਦੇ ਵਿੱਚੋਂ ਕੋਈ ਨਾ ਕੋਈ ਬ੍ਰਾਈਟ ਬੱਚਾ ਨਿਕਲਦਾ ਹੈ ਬਿਲਕੁਲ ਸਹੀ ਹੈਨਾ ਤਾਂ ਉਹ ਕੀ ਹੈ ਕਿ ਉਹਦੇ ਹੋਰ ਵੀ ਕੰਟ੍ਰਿਬਿਊਟਿੰਗ ਫੈਕਟਰਸ ਹੁੰਦੇ ਨੇ ਤਾਂ ਅਸੀਂ ਜਿਹੜਾ ਹੈਗਾ ਹੈ ਕਿ ਜਿਹੜਾ ਪਬਲਿਕ ਸਿਸਟਮ ਹੈਗਾ ਉਹਨੂੰ ਤਾਂ ਅਸੀਂ ਅੱਛਾ ਚਾਹੁੰਦੇ ਹੀ ਆਂ ਲੇਕਿਨ ਅਸੀਂ ਇਹ ਚਾਹੁੰਦੇ ਆਂ ਕਿ ਇੱਕੋ ਹੀ ਸਾਰਿਆਂ ਲਈ ਨਾਪ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ অপਸ਼ਨਸ ਹੋਰ ਹੈ ਕਿਆਂ ਤਾਂ ਉਹ অপਸ਼ਨਸ ਹੋਣ ਜਿਹਦਾ ਮਨ ਉੱਥੇ ਲੱਗ ਜਵੇ ਤਾਂ ਉਹ ਪੜਾਈ ਕਰ ਜੇ ਬਿਲਕੁਲ ਠੀਕ ਤੁਹਾਡੀ ਇਸ ਗੱਲ ਬਾਤ ਨੂੰ ਅਫਸ਼ੇਰ ਖਾਨ ਸ਼ਹਿਬਾਜ਼ ਕੂਨਰ ਤੇ ਜਸਵੀਰ ਰਸ਼ਪਾਲ ਤੇ ਲੰਬਸਾਂਤ ਕਰ ਰਿਹਾ ਜੀ ਬਹੁਤ ਮਿਹਰਬਾਨੀ ਲਾਸਟ ਬਟ ਨਾਟ ਇਹ ਮੇਰਾ ਪੁੱਛਣਾ ਤਾਂ ਬਣਦਾ ਹੁਣ ਤੁਹਾਡੇ ਆਪਣੇ ਇਲੈਕਟ੍ਰਿਕ ਚ ਕੀ ਕੁਝ ਚੱਲ ਰਿਹਾ ਤੇ ਅਪਕਮਿੰਗ ਆਪਾਂ ਕੀ ਕੀ ਉਮੀਦ ਰੱਖੀਏ ਪਾਕੁਰੰਗਾ ਦੇ ਵਿੱਚ ਲੋਕਾਂ ਨੂੰ ਆਉਣ ਜਾਣ ਦੀ ਖੁੱਲ ਹੋ ਜਾਊਗੀ ਗੱਡੀ ਜਿਹੜੀ ਆ 40 ਤੋਂ 50 ਤੇ ਭਜਾਇ ਗਰੂਗੀ ਸਾਡੀ ਹਾਂਜੀ ਹਾਂਜੀ ਇੱਕ ਚੀਜ਼ ਮੈਂ ਕਲੈਰੀਫਾਈ ਕਰਨਾ ਚਾਹੂੰਗੀ ਕਿ ਮੈਂ ਜਿੱਦਾਂ ਸਾਡੀ ਪਾਰਟੀ ਦੇ ਵਿੱਚ ਅਸੀਂ ਲਿਸਟ ਐਮ ਪੀ ਹੈ ਤੇ ਜਿਹੜੇ ਲਿਸਟ ਐਮ ਪੀ ਹੁੰਦੇ ਨੇ ਉਹਨਾਂ ਨੂੰ ਸਾਨੂੰ ਜਿੱਦਾਂ ਸਾਨੂੰ ਜੀਓਗ੍ਰਾਫਿਕ ਲੋਕੇਸ਼ਨ ਮਿਲਦੀ ਹੈ ਇਹ ਮੇਰੀ ਪੈਕੋਰਾਂਗਾ ਦੀ ਹੈ ਹੋਰ ਆਕਲੈਂਡ ਦੀ ਹੈ ਕੀ ਹੈ ਪਰ ਤੁਸੀਂ ਤੁਹਾਨੂੰ ਕਿ ਰੱਖੋ ਕੰਮ ਹਾਂਜੀ ਜੀ ਉੱਥੇ ਪੂਰੀ ਤਰ੍ਹਾਂ ਮੈਂ ਆਪਣਾ ਕੰਮ ਕਰ ਰਹੀ ਹਾਂ ਹੋਰ ਇਧਰਲੀ ਮੈਂ ਇੱਕ ਪਾਰਲੀਮੈਂਟ ਦੇ ਵਿੱਚ ਵੀ ਡਿਬੇਟ ਚ ਪਾਰਟ ਲਿਆ ਸੀਗਾ ਲੋਕਲ ਇਸ਼ੂਸ ਦੇ ਉੱਤੇ ਜਿੱਤੇ ਕਿ ਇਹ ਜਿਹੜੀ ਸਪੀਡ ਲਿਮਿਟਸ ਤੇ ਕਾਫੀ ਰੋਡਸ ਦੇ ਉੱਤੇ ਘਟਾ ਦਿੱਤੀ ਸੀਗੀ ਤਾਂ ਉਹਦੇ ਨਾਲ ਕੀ ਹੋ ਗਿਆ ਕਿ ਪੂਰਾ ਟ੍ਰੈਫਿਕ ਸਲੋ ਡਾਊਨ ਹੋ ਗਿਆ ਹੋ ਗਿਆ ਜੀ ਹੋਰ ਉਹ ਰੋਡਸ ਰੋਡਸ ਨੂੰ ਸੇਫ ਬਣਾਉਣ ਦੀ ਬਜਾਏ ਸਪੀਡ ਘਟਾ ਦਿੰਦੀ। ਹੁਣ ਇੱਥੇ ਇੱਕ ਮੁੱਦਾ ਆਉਂਦਾ ਠੀਕ ਹੈ ਮੈਂ ਸਮਝਦੀ ਹਾਂ ਕਿ ਐਕਸੀਡੈਂਟਸ ਹੁੰਦੇ ਨੇ ਸਾਨੂੰ ਐਕਸੀਡੈਂਟਸ ਜਿਹੜੇ ਨੇ ਉਹ ਘਟਾਣੇ ਨੇ। ਉਹਦੇ ਵਿੱਚ ਕੋਈ ਵੀ ਡਾਊਟ ਨਹੀਂ ਹੈ ਇਸ ਇਸ਼ੂ ਦੇ ਵਿੱਚ ਘਟਾਣੇ ਨੇ। ਲੇਕਿਨ ਜੇ ਕੋਈ ਐਕਸੀਡੈਂਟ ਹੁੰਦਾ ਹੈ ਜੇ ਉਹ 80 ਦੀ ਰੋਡ ਦੇ ਉੱਤੇ ਕੋਈ ਡਰਾਈਵ ਕਰ ਰਿਹਾ 160 ਦੇ ਉੱਤੇ ਤੁਸੀਂ ਉਹ ਰੋਡ ਦੀ ਸਪੀਡ 80 ਤੋਂ ਘਟਾ ਕੇ 60 ਕਰ ਦੋਗੇ ਤਾਂ ਜਿਹਨੇ ਉਹ ਸਪੀਡ ਕਰਨੀ ਹੈ 160 ਉਹਨੇ 160 ਤੇ ਹੀ ਸਪੀਡ ਕਰੀ ਲਾਗ ਸਰੀਅਸ ਕ੍ਰੈਸ਼ ਯੂਨਟ ਦਾ ਨਾ ਮੈਂ ਬਹੁਤ ਲੱਗਿਓ ਕਿ ਵੈਰੀ ਕੰਮ ਕਰਦਾ ਉਹ ਡਿਸਪਲੇ ਦੇ ਉੱਤੇ ਕੀ ਵੈਲਿਊ ਦਿਖਾਉਂਦੇ ਹੁੰਦੇ ਹੈ ਕਿ ਅਸਲ ਚ ਕਿੰਨੀ ਸਪੀਡ ਦਾ ਇੰਪੈਕਟ ਕੀਆ ਕੰਸੀਕਵੈਂਸਸ ਕੀ ਹੋਣਿਆ ਹਾਂ ਜੀ ਤਾਂ ਇਸੇ ਕਰਕੇ ਅਸੀਂ ਉਹਨੂੰ ਮੈਜ਼ਰ ਨਹੀਂ ਯੂਜ਼ ਕਰ ਸਕਦੇ ਸਾਨੂੰ ਆਪਣੀ ਰੋਡਸ ਨੂੰ ਹੋਰ ਐਫੀਸ਼ੀਐਂਟ ਬਣਾਉਣਾ ਹੈ ਲੇਕਿਨ ਜਿਹੜੀ ਅਸੀਂ ਐਫੀਸ਼ੀਐਂਸੀ ਲੋਕਾਂ ਨੂੰ ਵੀ ਦੇਣੀ ਹੈ ਕਿਉਂਕਿ ਬਿਜ਼ਨਸ ਪ੍ਰੋਡਕਟਿਵਿਟੀ ਸਾਰਾ ਕੁਝ ਤੁਹਾਡਾ ਟਾਈਮ ਫੈਮਿਲੀ ਟਾਈਮ ਸਾਰਾ ਕੁਝ ਉੱਤੇ ਡਿਪੈਂਡ ਹੁੰਦਾ ਜੇ ਉਹ ਕੰਮ ਤੇ ਜਾਣ ਨੂੰ ਤੁ ਇੱਕ ਤੁਹਾਡਾ ਫੈਮਿਲੀ ਤੋਂ ਉਹ ਟਾਈਮ ਗਿਆ ਪਰ ਪੈਕੁਰੰਗਾ ਦੇ ਵਿੱਚ ਮੈਂ ਕੀ ਦੇਖਿਆ ਸੀਗਾ ਕਿ ਹਾ ਸਪੀਡ ਲਿਮਿਟਸ ਰੋਡਸ ਦੇ ਉੱਤੇ ਘਟਾਉਣ ਦੇ ਨਾਲ ਜਿਹੜੀ ਛੋਟੀ ਰੋਡਸ ਆ ਹੁਣ ਜਿੱਦਾਂ ਜੀਪੀਐਸ ਸਾਰੇ ਯੂਜ਼ ਕਰਦੇ ਨੇ ਛੋਟੀ ਰੋਡ ਸੇ ਟ੍ਰੈਫਿਕ ਵਧਣ ਲੱਪਿਆ ਹੁਣ ਉੱਥੇ ਰੈਜ਼ੀਡੈਂਸ਼ੀਅਲ ਰੋਡਸ ਹੈ ਕਿਆਂ ਮਤਲਬ ਕਿ ਬਹੁਤ ਐਂਕਸ਼ੀਅਸ ਹੋਣ ਲੱਪਿਆ ਕਿ ਉਹਨਾਂ ਦੇ ਘਰ ਦੇ ਬਾਹਰ ਇੰਨੀ ਟ੍ਰੈਫਿਕ ਹੁੰਦਾ ਹੈ ਹਾਂਜੀ ਤਾਂ ਇਸੇ ਕਰਕੇ ਮੈਂ ਇਹਦੇ ਖਿਲਾਫ ਬੋਲਿਆ ਹੋਰ ਇਹ ਅਸੀਂ ਹੋਣ ਜਿਹੜੀ ਸਪੀਡ ਰਿਡਕਸ਼ਨਸ ਜਿਹੜੀਆਂ ਕੀਤੀਆਂ ਸੀ ਬਲੈਂਕਟ ਉਹਨਾਂ ਨੂੰ ਅਸੀਂ ਖਤਮ ਕਰ ਰਹੇ ਹਾਂ ਹੋਰ ਦੂਸਰਾ ਇੱਕ ਹੋਰ ਹੈ ਕੰਨਾ ਮਾਈ ਇਨੀਸ਼ੀਏਟਿਵ ਅਨਾਉਂਸ ਕੀਤਾ ਗਿਆ ਹੈ ਕਿ ਜਿਹੜਾ ਕਿ ਜਦਾਂ ਲੋਕੀ ਸਪੀਡਿੰਗ ਕਰਦੇ ਨੇ ਤਾਂ ਜਿਹੜਾ ਸਭ ਤੋਂ بڑا ਮਕਸਦ ਗਵਰਨਮੈਂਟ ਦਾ ਹੋਣਾ ਚਾਹੀਦਾ ਹੈ ਕਿ ਲੋਕੀ ਸਪੀਡਿੰਗ ਨਾ ਕਰਨ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਅਸੀਂ ਜਿੱਦਾਂ ਕਈ ਗਵਰਨਮੈਂਟ ਦੇ ਵਿੱਚ ਕਿਦਾਂ ਹੈ ਕਿ ਉਹ ਸਿਰਫ ਰੈਵਨਿਊ ਇਕੱਠਾ ਕਰਨਾ ਚਾਹੁੰਦੇ ਟਿਕਟਾਂ ਦੇ ਦੇ ਕੇ ਤਾਂ ਇਸੇ ਕਰਕੇ ਹੋ ਜਿਹੜੀ ਵਾਰਨਿੰਗ ਸਾਈਨਸ ਹੈ ਕਿ ਸਪੀਡ ਕੈਮਰਾ ਦੇ ਉਹ ਵੀ ਲਾਏ ਜਾ ਰਹੇ ਨੇ ਕਿਉਂਕਿ ਵਾਰਨਿੰਗ ਦੇ ਕੇ ਬੰਦਾ ਸਲੋ ਹੋ ਜਾਏਗਾ ਇੰਟਰਸਟਿੰਗ ਤਾਂ ਕਿਉਂਕਿ ਸਾਡਾ ਮਕਸਦ ਹੈ ਬੰਦਾ ਸਲੋ ਹੋਵੇ ਜਿਹੜਾ ਸਿਹਰਦ ਬੰਦਾ ਉਹ ਤਾਂ ਸਮਝਦਾ ਹੈ ਕਿ ਸਲੋ ਹੋ ਜਵੇ ਨਾ ਕਿ ਇਹ ਇਹ ਹੈ ਕਿ ਟਿਕਟ ਇਕੱਠੀ ਕਰਨਾ ਤਾਂ ਇਸ ਕਰਕੇ ਉਹ ਸਾਈਨਸ ਰਣਗੇ ਤਾਕੀ ਕੀ ਬੰਦਾ ਪੱਲਾ ਹੀ ਸਲੋ ਹੋ ਜਾਵੇ ਤਾਂ ਉਹਨੂੰ ਫਿਰ ਟਿਕਟ ਵੀ ਨਹੀਂ ਮਿਲੇਗੀ ਹੋਰ ਜਿਹੜੇ ਟ੍ਰੈਫਿਕ ਦੇ ਵਿੱਚ ਸਾਨੂੰ ਸੇਫਟੀ ਦੀ ਰਿਕੁਆਇਰਮੈਂਟ ਹੈਗੀ ਉਹ ਵੀ ਸਾਨੂੰ ਮਿਲੇਗੀ ਅਸੀਂ ਤਾਂ ਪਹਿਲੇ ਰੈਸੈਸ਼ਨ ਚੋਂ ਗੁਜ਼ਰ ਰਹੇ ਹਾਂ ਤੁਸੀਂ ਇਸ ਚੱਕਰ ਦਾ ਚਰਚਾ ਹੀ ਨਾ ਕਰੋ ਦੇਖਿਆ ਹੋਗਾ ਤੁਸੀਂ ਹੁਣੇ ਹੀ ਕਿ ਇਨਫਲੇਸ਼ਨ ਜਿਹੜੇ ਫਿਗਰਸ ਆ ਰਹੇ ਨੇ ਉਹ ਪੋਜ਼ਿਟਿਵ ਲੱਗ ਰਹੇ ਨੇ ਤਾਂ ਅਸੀਂ ਭਰਪੂਰ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀ ਨਹੀਂ ਆ ਰਿਹਾ ਪੋਜ਼ਿਟਿਵ ਵਾਲਾ ਜੀ ਕਿਉਂਕਿ ਇਹਨਾਂ ਚੀਜ਼ਾਂ ਨੂੰ ਟਾਈਮ ਲੱਗਦਾ ਹੈਗਾ ਪਰ ਫਾਈਨਲੀ ਮੈਂ ਟੱਚ ਕਰਨਾ ਚਾਹੂੰਗੀ ਇਮੀਗ੍ਰੇਸ਼ਨ ਦੇ ਇਮੀਗ੍ਰੇਸ਼ਨ ਦੇ ਉੱਤੇ ਪੈਰੈਂਟ ਵੀਜ਼ਾ ਅਸੀਂ ਡਿਸਕਸ ਕਰ ਲਿਆ ਹੈ ਲੇਕਿਨ ਇੱਕ ਦੂਸਰਾ ਸਗਾ ਜਿਹੜਾ ਕਿ EMPLOYEES ਜਿਹੜੇ ਅਪਰੂਵਡ EMPLOYEES ਨੇ ਕ레ਡਿਟਿਡ EMPLOYEES ਨੇ ਉਹਨਾਂ ਦੇ ਵੀਜ਼ਾ ਦੇ ਵਜ੍ਹਾ ਨਾਲ ਕਾਫੀ ਨੀਜ਼ੀਲੈਂਡ ਦੀ ਰਿਪਿਊਟੇਸ਼ਨ ਜਿਹੜੀ ਖਰਾਬ ਹੋਈ ਹੈਗੀ ਉਹਦੇ ਵਿੱਚ ਚੇਂਜਸ ਕੀਤੇ ਗਏ ਨੇ ਹੋਰ ਉਹ ਜਿਹੜੇ ਚੇਂਜਸ ਆਏ ਨੇ ਉਹਦੇ ਲਈ ਵੀ ਮੇਰੇ ਕੋਲ ਕਾਫੀ ਫੀਡਬੈਕ ਆਇਆ ਹੈ ਤਾਂ ਮੈਂ ਉਹਦੇ ਉੱਤੇ ਇੱਕ ਹੋਰ ਹੁਣੇ ਕਾਲਮ ਲਿਖਿਆ ਹੈ ਟਾਈਮਸ ਪੇਪਰ ਜਿਹੜਾ ਪੈਕਰੂੰਗਾ ਤਾਂ ਲੋਕਲ ਪੇਪਰ ਹੈਗਾ ਉਹਦੇ ਵਿੱਚ ਮੈਂ ਐਨਕਰਾਜ ਕਰੂੰਗੀ ਸਾਰਿਆਂ ਨੂੰ ਕਿਉਂਕਿ ਮੈਂ ਤੁਹਾਡੇ ਲਿਮਿਟਡ ਟਾਈ ਜੀ ਜ਼ਰੂਰ ਕਰਿਓ ਹੋਰ ਉਹਦੇ ਵਿੱਚ ਜੇ ਕੋਈ ਵੀ ਫੀਡਬੈਕ ਹੈ ਕਿਉਂਕਿ ਮੈਂ ਐਕਟ ਪਾਰਟੀ ਦੀ ਇਮੀਗ੍ਰੇਸ਼ਨਸ ਬੁਕਸ ਪਰਸਨ ਵੀ ਹਾਂ ਤਾਂ ਉਹ ਮੈਨੂੰ ਫੀਡਬੈਕ ਜ਼ਰੂਰ ਭੇਜਣ ਕਿਉਂਕਿ ਹਜ ਤਾਈਂ ਕਈ ੈਂਪਲੋਇਰਸ ਦਾ ਫੀਡਬੈਕ ਆ ਗਿਆ ਆ ਜਿਹੜਾ ਸਟੈਂਡ ਡਾਊਨ ਪੀਰੀਅਡ ਹੈ ਕਾ ਉਹਦੇ ਲਈ 12 ਮੰਥਸ ਦਾ ਜੀ ਹੋਰ ਇੱਕ ਜਿਹੜਾ ਉਹਨਾਂ ਦੇ ਪਾਰਟਨਰਸ ਲਈ ਜਿਹੜਾ ੈਂਪਲੋਇਰ ਲੱਭਣਾ ਹੈ ਕਾ ਉਹ ਵੀ ਕ੍ਰੈਡੀਟਡ ੈਂਪਲੋਇਮੈਂਟ ਚਾਹੀਦਾ ਉਹ ਵੀ ਕਾਫੀ ਇੰਪੋਰਟੈਂਟ ਮੱਧ ਹੈ ਉਹ ਹਾਂਜੀ ਤਾਂ ਉਹਨੂੰ ਹਜੇ ਅਸੀਂ ਐਨਲਾਈਜ਼ ਕਰਨਾ ਚਾਹੁੰਦੇ ਲੇਕਿਨ ਇਹਦੇ ਪਿੱਛੇ ਮਕਸਦ ਇਹ ਹੈ ਮਕਸਦ ਇਹ ਹੈ ਕਿ ਜਿਹੜਾ ਬੰਦਾ ਇੱਥੇ ਕੰਮ ਕਰਨ ਲਈ ਆਇਆ ਤੁਸੀਂ ਹਰੇਕ ਨੂੰ ਅਸੀਂ ਮਿਸਲੀਡਿੰਗ ਹੋਪ ਨਹੀਂ ਦੇਣਾ ਚਾਹੁੰਦੇ ਕਿ ਉਹ ਰੈਜ਼ੀਡੈਂਟ ਬਣੇ ਤੁਹਾਡੇ ਆਉਣ ਤੋਂ ਪਹਿਲਾਂ ਇਹੀ ਚਰਚਾ ਚੱਲ ਰਹੀ ਸੀ ਜੀ ਅੱਛਾ ਕਿ ਸਮ ਆਵਲਟ ਆਪਾਂ ਬਹੁਤ ਕੇਅਰਫੁਲ ਰਹਿੰਦੀ ਲੋੜਾ ਜੀ ਬਹੁਤ ਕੇਅਰਫੁਲ ਰਹਿੰਦੀ ਲੋੜ ਹੈ ਤਾਂ ਇਸੇ ਕਰਕੇ ਸਾਨੂੰ ਇਮੀਗ੍ਰੇਸ਼ਨ ਪਾਲਿਸੀ ਦਾ ਮਕਸਦ ਹੁੰਦਾ ਕਿ ਅਸੀਂ ਆਪਣੇ ਲੋਕਲ ਬਿਜ਼ਨੈਸਸ ਨੂੰ ਸਪੋਰਟ ਕਰ ਸਕੀਏ ਲੋਕਲ ਫੈਮਲੀਆਂ ਨੂੰ ਸਪੋਰਟ ਕਰ ਸਕੀਏ ਕਿ ਜਿਹੜੀਆਂ ਫੈਮਲੀ ਆ ਗਈਆਂ ਨੇ ਸਾਨੂੰ ਉਹਨਾਂ ਦੀ ਲੋੜ ਆ ਉਹਨਾਂ ਦੀ ਫੈਮਲੀ ਨੂੰ ਅਸੀਂ ਕਿੱਦਾਂ ਇੱਥੇ ਸਟੇਬਲਾਈਜ਼ ਕਰੀਏ ਡੈਮੋਗ੍ਰਾਫਿਕਲੀ ਅਸੀਂ ਕਿੰਨਾ ਕਬਲੈਂਸ ਕਰ ਸਕਿਆ ਜਿਹੜਾ ਇਹ ਮਾਈਗ੍ਰੇਸ਼ਨ ਪ੍ਰੋਸੈਸ ਹੈ ਇਹਦੇ ਵਿੱਚ ਜੇ ਮੈਂ ਹੁਣ ਬੈਲੈਂਸ ਦੇਖਾਂ ਲੋਕਾਂ ਦੇ ਕਿੱਤਿਆਂ ਦੇ ਹਿਸਾਬ ਨਾਲ ਉਹਨਾਂ ਦੀ profession ਦੇ ਹਿਸਾਬ ਦੇ ਨਾਲ ਇਸ ਵਕਤ ਮੁਲਕ ਦੇ ਹਾਲਾਤ ਕਿਹੋ ਜਿਹੇ ਨੇ ਮੈਂ ਇਹ ਕਹੂੰਗੀ ਕਿ ਦੇਖੋ ਸਾਨੂੰ ਦੋਈ ਤਰ੍ਹਾਂ ਦੇ ਮਾਈਗ੍ਰੈਂਟਸ ਚਾਹੀਦੇ ਹੁੰਦੇ ਨੇ ਇੱਕ ਤਾਂ ਹਾਈਲੀ ਹਾਈ ਸਕਿਲ ਜਿਹੜੇ ਮਾਈਗਰੈਂਟ ਨੇ ਬਿਲਕੁਲ ਉਹ ਚਾਹੀਦੇ ਨੇ ਕਿਉਂਕਿ ਉਹ ਇੱਥੇ ਆ ਕੇ ਜਿਹੜੀਆਂ ਸਾਡੀ ਮੇਨ ਗੈਪਸ ਨੇ ਸਾਡੀ ਰਿਸਰਚ ਉੱਥੇ ਉੱਥੇ ਭਰਨ ਹੋ ਦੂਸਰਾ ਕਿ ਇਹਨਾਂ ਦੇ ਵਿੱਚੋਂ ਅਸੀਂ ਫੇ ਇਹ ਵੀ ਉਮੀਦ ਕਰਦੇ ਹਾਂ ਕਿ ਉਹ ਹੋਰ ਇਮਪਲੋਇਮੈਂਟ ਵੀ ਕ੍ਰੀਏਟ ਕਰਨਗੇ ਦੂਸਰਿਆਂ ਲਈ ਕੰਟ੍ਰਿਬਿਊਟ ਕਰਨਗੇ ਹੋ ਲੋ ਸਕਿਲਡ ਮੈਂ ਇਸ ਕਰਕੇ ਕਹਨੀ ਹੈ ਕਿਉਂਕਿ ਸਾਡੇ ਜਿਹੜੇ ਫਾਰਮਸ ਨੇ ਸਾਡੇ ਰੂਰਲ ਸੈਕਟਰਸ ਨੇ ਉੱਥੇ ਉਹ ਬੰਦੇ ਚਾਹੁੰਦੇ ਨੇ ਕਿ ਇਦਾਂ ਦਾ ਬੰਦਾ ਹੋਵੇ ਜਿਹਦਾ ਪੁਲਿਸ 'ਚ ਕੋਈ ਰਿਕਾਰਡ ਨਾ ਹੋਵੇ ਮਤਲਬ ਕਿ ਕੋਈ ਕਲੀਨ ਹੋਵੇ ਬੰਦਾ ਪਰ ਉਹ ਆ ਕੇ ਉਹ ਫਾਰਮ ਦੇ ਵੀ ਰੂਟੀਨ ਕੰਮ ਹਾਂਜੀ ਹਾਂਜੀ ਤਾਂ ਇਸ ਕਰਕੇ ਸਾਨੂੰ ਲੋੜ ਤਾਂ ਦੋਈ ਤਰ੍ਹਾਂ ਦੇ ਬੰਦਿਆਂ ਦੀ ਹੈ ਜੈਸ ਲਾਈਕ ਇਵਨ ਅ ਸੈਂਸ਼ੀਅਲ ਵਰਕਰਸ ਡਿਊਰਿੰਗ ਕੋਵਿਡ ਟਾਈਮਸ ਆ ਰਿਮੈਂਬਰ ਸਾਡੇ ਆਪਣੇ ਪੰਜਾਬੀ ਮੂਲ ਦੇ ਬਹੁਤ ਸਾਰੇ ਟਰੱਕੀਜ਼ ਤੇ ਜਿਹੜੇ ਕੈਬੀਜ਼ ਸੀਗੇ ਉਹਨਾਂ ਨੇ ਬੜਾ ਅੱਛਾ ਰੋਲ ਨਿਭਾਇਆ ਹਾਂਜੀ ਤਾਂ ਸਾਨੂੰ ਲੋੜ ਸਾਰਿਆਂ ਦੀ ਹੈ ਕੀ ਹੈ ਲੇਕਿਨ ਇਮੀਗ੍ਰੇਸ਼ਨ ਇੱਕ ਪਾਲਿਸੀ ਇਦਾਂ ਦੀ ਹੈ ਮੈਂ ਹਰ ਵੇਲੇ ਇਹ ਕਹਿੰਦੀ ਆ ਕਿ ਕੋਈ ਵੀ ਇਮੀਗ੍ਰੇਸ਼ਨ ਪਾਲਿਸੀ ਜਿਹੜੀ ਆ ਉਹਦੇ ਵਿੱਚ ਕੋਈ ਨਾ ਕੋਈ ਜ਼ਰੂਰ ਇਦਾਂ ਦਾ ਲੂਪ ਹੋਲ ਕੱਢਣ ਦੀ ਕੋਸ਼ਿਸ਼ ਕਰਦਾ ਕਿ ਉਹਨੂੰ ਅਬਿਊਜ਼ ਕੀਤਾ ਜਾਵੇ ਪਰ ਸਾਡਾ ਸਰਕਾਰ ਦੇ ਵਿੱਚ ਇਹ ਕੰਮ ਹੈ ਕਿ ਉਹ ਕੋਸ਼ਿਸ਼ ਕਰੀਏ ਕਿ ਕੋਈ ਵੀ ਇਦਾਂ ਦਾ ਲੂਪ ਹੋਲ ਨਾ ਹੋਵੇ ਜਿੱਥੇ ਉਹਨੂੰ ਅਸੀਂ ਕੋਈ ਵੀ ਅਬਿਊਜ਼ ਕਰ ਸਕੇ ਉਹਨੂੰ ਜੇ ਕੋਈ ਸਾਨੂੰ ਲੱਗ ਰਿਹਾ ਹੈ ਅਬਿਊਜ਼ ਹੋਇਆ ਜਿੱਦਾਂ ਹੋਇਆ ਪਹਿਲਾਂ ਕਿਉਂਕਿ ਨੀਜਰਕ ਰਿਐਕਸ਼ਨ ਸੀਗਾ ਪਿਛਲੀ ਗਵਰਨਮੈਂਟ ਦਾ ਜਿੱਥੇ EMPLOYEES ਨੂੰ ਬੰਦੇ ਨਹੀਂ ਸੀ ਲੱਭਦੇ ਅਸੀਂ ਪਾਲਿਸੀ ਬਣਾਤੀ ਜਿਹਦੇ ਵਿੱਚ ਫ੍ਰੈਸ਼ EMPLOYEES ਲਈ ਦੇਖੋ ਇਹਨਾਂ ਲੋਅ ਕਰ ਦਿੱਤਾ ਹਰ ਕੋਈ ਆਪਣੇ ਆਪ ਨੂੰ ਸਾਈਨ ਅਪ ਕਰ ਕਰਕੇ ਬੰਦੇ ਮੰਗਣ ਲੱਪਿਆ ਔਰ ਫਿਰ ਟੀਵੀ ਦੇ ਵਿੱਚ ਰੋਜ਼ ਨਿਊਜ਼ ਆਉਣ ਲੱਗ ਪਈ ਹੁਣ ਆਪਣੇ ਬੰਦੇ ਵਿਚਾਰੇ ਜਿਆਦਾ ਵੋਕਲ ਹੋਏ ਉਹਦੇ ਵਿੱਚ ਦੇਖੋ ਹਾਂਜੀ ਕਿਉਂਕਿ ਅਬਿਊਜ਼ ਇੱਕ ਹੋਰ ਚੀਜ਼ੇ ਵੀ ਹੈ ਇਹ ਐਵੀਡੈਂਸ ਵੀ ਹੈ ਕਿ ਮਾਈਗ੍ਰੈਂਟ ਹੀ ਮਾਈਗ੍ਰੈਂਟ ਨੂੰ ਅਬਿਊਜ਼ ਕਰਦੇ ਨੇ ਸਾਸ ਵੀ ਕਬੀ ਬਹੁਤ ਹੀ सास भी कभी बहू थी अच्छा जैसा ये ओ माइग्रेंट को याद रखना चाहिए कि वो भी कभी बहू सगा मतलब कि वो भी कभी नवा माइग्रेंट सगा तो आज जो जे सास बन गया है तो दूसरे में हां जी प्यार ਨਾਲ ਬਹੂ ਨੂੰ ਟਰੀਟ ਕਰੇ ਨਾ ਅਬਿਊਜ਼ ਨਾ ਕਰੇ ਦੈਟਸ ਅ ਵੈਰੀ ਗੁੱਡ ਵੀ ਆਰ ਪੁੱਟਿੰਗ ਇਟ ਜੈ ਲਾਈਕ ਇੰਡੀਅਨ ਆਸ ਅਨੂਡੀਨੋਸ ਗਰੋਥ ਫਨੋਮੈਨਨ ਕਿਉਂਕਿ ਹਰ ਬੰਦਾ ਚਲੇ ਆਂਦਾ ਦੇਖੋ ਸਟਰਗਲ ਤਾਂ ਹੁੰਦੀ ਹੈ ਨਾ ਸੈਟਲਮੈਂਟ ਲਈ ਹਰ ਜਿਹੜਾ ਬੰਦਾ ਸੈਟਲ ਹੋ ਜਾਂਦਾ ਹੈ ਤੇ ਜਿਹੜਾ ਨਵਾਂ ਬੰਦਾ ਕੋਈ ਆਇਆ ਉਹ ਉਹ ਵੀ ਇਹ ਧਿਆਨ ਰੱਖੇ ਕਿ ਉਹ ਉਸੀ ਫੇਸ ਤੋਂ गुज़र ਰਿਹਾ ਹੈ ਵੈਲ ਸੈਡ ਮੈਨੂੰ ਇਹ ਸਾਰੀ ਗੱਲਬਾਤ ਦੇ ਵਿੱਚੋਂ ਦੋ ਗੱਲਾਂ ਬੜੀਆਂ ਖੂਬਸੂਰਤੀ ਦੇ ਨਾਲ ਸਮਝਾਈਆਂ ਜਿਵੇਂ ਆਪਣੀ ਸੋਸ਼ਲ ਰਿਸਪੌਂਸਿਬਿਲਿਟੀ ਜਿਨੂੰ ਦੇਖਦੇ ਆਂ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਵਾਧੂ ਹੱਕਾਂ ਦੀ ਮੰਗ ਦੀ ਦੁਹਾਈ ਨਾ ਪਾਈਏ ਆਪਣੇ ਫਰਜ਼ਨ ਬੰਡ ਵੱਲ ਵੀ ਕوتاਹੀ ਨਾ ਕਰੀਏ ਜਾਗਰੂਕ ਰਹੀਏ ਉਤਸੁਕਤਾ ਦੇ ਨਾਲ ਜਿਹੜਾ ਸਵਾਲ ਤੁਹਾਡੇ ਮਨ ਦੇ ਵਿੱਚ ਆਉਂਦਾ ਇੱਕ ਈਮੇਲ ਖੜਕਾ ਦੇ ਡਾਕਟਰ ਸਾਹਿਬ ਨੂੰ ਉਹਨਾਂ ਦੀ ਜਿੰਨੀ ਸਮਰੱਥਾ ਜਿੰਨਾ ਉਹਦਾ ਪ੍ਰੋਟੋਕੋਲ ਆ ਗਿਆ ਦਿੰਦਾ ਉਹਦੇ ਤਹਿਤ ਜ਼ਰੂਰ ਉਹ ਜਵਾਬ ਦੇਣਗੇ ਔਰ ਚੀਜ਼ਾਂ ਦੀ ਬਿਹਤਰੀ ਵਾਸਤੇ ਲਗਾਤਾਰਤਾ ਨਾਲ ਕੰਮ ਕਰਨ ਕਿ ਡਾਕਟਰ ਸਾਹਿਬ ਨੇ ਲੰਮੇ ਸਮੇਤੋਂ ਪਾਰਲੀਮੈਂਟਰੀਅਨ ਜਿਹੜੇ ਅੰਦਾਜ਼ ਨੇ ਉਹਨਾਂ ਨੂੰ ਢਾਲ ਕੇ ਆਪਣੀ ਸ਼ਖਸੀਅਤ ਦੇ ਨਾਲ ਤੋਰ ਲਿਆ ਤੇ ਹੁਣ ਹੋਰ ਵੀ ਚੰਗਾ ਕੰਮ ਜਿਹੜਾ ਇਸ ਟਰਮ ਦੇ ਵਿੱਚ ਉਹਨਾਂ ਦੇ ਕੋਲੋਂ ਸਾਨੂੰ ਮਿਲੇਗਾ ਜ਼ਰੂਰ ਔਰ ਇੰਨੇ ਸਾਰੇ ਜਿਹੜੇ ਤੁਹਾਡੇ ਕੋਲ ਮਹਿਕਮੇ ਦਿੱਤੇ ਗਏ ਤੁਹਾਨੂੰ ਸਪੋਕਸਪੀਨ ਦੇ ਤੌਰ ਸਪੋਕਸਪਰਸਨ ਦੇ ਤੌਰ ਦੇ ਉੱਤੇ ਇਹ ਛੋਟੀ ਗੱਲ ਨਹੀਂ ਹੈ ਇਹ ਬਹੁਤ ਵੱਡੀ ਗੱਲ ਆ ਔਰ ਬੰਦਾ ਦੇਖ ਕਿ ਉਹਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਐਂਡ ਆਈ ਕੈਨ ਇਮੇਜਿਨ ਕਿ ਤੁਸੀਂ ਉਹਨਾਂ ਤੇ ਜ਼ਰੂਰ ਪੂਰੇ ਉਤਰੋਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਪਰਮੰਦਰ ਜੀ ਹੋਰ ਮੈਂ ਹਰਵਲੇ ਕਮਿਊਨਿਟੀ ਦੇ ਨਾਲ ਆ ਜੀ ਹੋਰ ਟਾਈਮ ਹਰਵਲੇ ਲਿミਟਿਡ ਹੁੰਦਾ ਹੈ ਗੱਲਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਐ ਐਕਸਪਲੇਨ ਕਰਨ ਲਈ ਕਮਿਊਨਿਟੀ ਦੇ ਲਈ ਲੇਕਿਨ ਜਿਦਾਂ ਤੁਸੀਂ ਕਿਹਾ ਮੈਨੂੰ ਈਮੇਲ ਭੇਜ ਸਕਦੇ ਨੇ ਮੇਰੀ ਈਮੇਲ ਹੈ ki paramjit.parmar@parliament.govt.nz ਧਿਆਨ ਰੱਖਣ ਮੇਰੇ ਪਰਮਜੀਤ ਨਾਮ ਦੀ ਸਪੈਲਿੰਗ ਇਹ ਹੈ ki P A R M J E E T ਹਾਂ ਜੀ ਡਬਲ E T ਆ ਡਬਲ E ਹੋਰ ਆਰ ਤੋਂ ਬਾਅਦ ਏ ਨਹੀਂਗਾ ਯੈਸ ਕਿ ਕਈ ਲੋਕੀ ਏ ਲਾ ਦਿੰਦੇ ਫਿਰ ਈਮੇਲ ਆਂਦੀ ਨਹੀਂ ਫਿਰ ਮੈਨੂੰ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਈਮੇਲ ਭੇਜੀ ਸੀਗੀ ਸੋ ਫਿਰ ਜਿੱਲੇ ਅਸੀਂ ਦੇਖਦੇ ਹਾਂ ਕਿ ਈਮੇਲ ਕਿੱਥੇ ਭੇਜੀ ਸੀਗੀ ਤਾਂ ਉਹ ਗਲਤ ਹੁੰਦਾ ਹੈ ਤਾਂ ਇਸ ਕਰਕੇ ਧਿਆਨ ਰੱਖਿਓ ਕਿ ਉੱਥੇ ਮੈਨੂੰ ਈਮੇਲ ਭੇਜੋ ਹੋਰ ਜੇ ਤੁਸੀਂ ਮੇਰੀ ਮੇਲਿੰਗ ਲਿਸਟ ਤੇ ਕੋਈ ਵੀ ਤੁਹਾਡੇ ਲਿਸਨਰਸ ਜਿਹੜੇ ਹੈਗੇ ਸਾਡੀ ਪਾਰਟੀ ਦੀ ਮੇਲਿੰਗ ਲਿਸਟ ਤੇ ਆਣਾ ਚਾਹੁੰਦੇ ਹੋ ਤਾਂ ਇਸੇ ਈਮੇਲ ਤੇ ਮੈਨੂੰ parmji.parmar@parliament.gov.nz ਤੇ ਈਮੇਲ ਭੇਜ ਦਿਓ ਕਿ ਮੇਲਿੰਗ ਲਿਸਟ ਤੇ ਆਣਾ ਚਾਹੁੰਦੇ ਹਾਂ ਫਿਰ ਉਹਦੇ ਨਾਲ ਤੁਹਾਨੂੰ ਕੀ ਹੈ ਕਿ ਰੈਗੂਲਰਲੀ ਪਤਾ ਲੱਗਦਾ ਹੈ ਕਰਦੇ ਪਏ ਹਾਂ ਹਾਂ ਜੀ ਦੈਟਸ ਟru ਬਹੁਤ ਵਧੀਆ ਥੈਂਕ ਯੂ ਵੈਰੀ ਮਚ ਡਾਕਟਰ ਪਰਮਜੀਤ ਪਰਮਾਰ ਵਰਗੀ ਹੀ ਇੱਕ ਸਨੱਖੀ ਜੀ ਮਟਾਰ ਆਉਣ ਵਾਲੇ ਕੱਲ ਰੇਡੀਓ ਦੇ ਉਤੇ ਹਾਜ਼ਰ ਹੋਣਗੇ ਉਹਨਾਂ ਦਾ ਨਾਮ ਹੈ ਐਰਕਾ ਸਟੈਂਫੋਰਡ ਔਰ ਸਾਰਨੀ ਨਜ਼ਰ ਉਹਨਾਂ ਦੀ ਦੁਆਰਾ ਜਿਹੜੀਆਂ ਪੋਲਿਸੀਜ਼ ਅਨਾਉਂਸ ਕੀਤੀਆਂ ਜਾਣੀਆਂ ਉਹਨਾਂ ਤੇ ਹੈ ਲੇਕਿਨ ਉਹਨਾਂ ਨੂੰ ਕੋਣੀ ਮਾਰਨ ਦਾ ਕੰਮ ਜਿਹੜਾ ਡਾਕਟਰ ਪਰਮਜੀਤ ਪਰਮਾਰ ਲਗਾਤਾਰ ਕਰਦੇ ਰਹਿਣਗੇ ਬਹੁਤ ਬਹੁਤ ਸ਼ੁਕਰੀਆ ਪਰਮਜੀਤ ਜੀ ਔਰ ਤੁਹਾਡੇ ਲਿਸਨਰਸ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਵੈਰੀ ਮਚ ਬਹੁਤ ਸੰਗਲਗਾ ਬਟ ਇਟਸ ਏਅਰਫੁਲ ਔਰ ਬੜੀ ਇਨਫ ਅੱਜ ਸਾਰੇ ਸਰੋਤਿਆਂ ਨੇ ਇਸ ਨੂੰ ਪ੍ਰਵਾਨ ਕੀਤਾ ਹੋਏਗਾ ਔਰ ਅੱਜ ਸ਼ਾਮ ਨੂੰ ਇਸ ਨੂੰ ਅਸੀਂ ਰੀਬ੍ਰਾਡਕਾਸਟ ਕਰਾਂਗੇ ਬਹੁਤ ਸਾਰੇ ਸਾਡੇ ਮਿੱਤਰ ਪਿਆਰੇ ਜਿਹੜੇ ਆ ਉਹ ਹੁਣੇ-ਹੁਣੇ ਸ਼ਾਮਲ ਹੋ ਰਹੇ ਨੇ ਪੇਰੈਂਟਸ ਦਾ ਲੌਂਗ ਟਰਮ ਵੀਜ਼ੇ ਨੂੰ ਲੈ ਕੇ ਨੈਸ਼ਨਲ ਸੇ ਐਕਟ ਕਹਿੰਦੇ ਵੀ ਐਗਰੀ ਹੋਏ ਸੀ ਬਿਲਕੁਲ ਨਹੀਂ ਉਹਦੀ ਅਪਡੇਟ ਤੁਸੀਂ ਜਦੋਂ ਦੁਬਾਰਾ ਅਸੀਂ ਬ੍ਰਾਡਕਾਸਟ ਕਰਾਂਗੇ ਸੋਨਾ ਪੱਟੀ ਜੀ ਕਹਿੰਦੇ ਗੁੱਡ ਡਿਸਕਸ਼ਨ ਭਾਜੀ ਐਂਡ ਪਰਮਜੀਤ ਪਰਾਮਰ ਜੀ ਥੈਂਕ ਯੂ ਜੀ ਵੈਰੀ ਮਚ ਤੁਹਾਡਾ ਜੇ ਤੁਹਾਨੂੰ ਇਹ ਗੱਲਬਾਤ ਪਸੰਦ ਆਈ ਆ ਹਰਿਆਣਾ ਫੈਡਰੇਸ਼ਨ ਤੋਂ ਗੁਰਬਾਰ ਸਿੰਘ ਮੱਲ ਜਿਹੜੇ ਨੇ ਉਹਨਾਂ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸੋ ਨਵੇਂ ਜਿਹੜੇ ਨੰਬਰਸ ਨੇ ਨਵੇਂ ਜਿਹੜੇ ਮਾਈਗ੍ਰੈਂਟਸ ਨੇ ਉਹ ਬੜੇ ਆਸਵੰਦ ਨੇ ਔਰ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਉਹਨਾਂ ਦੀਆਂ ਆਸਾਂ ਤੇ ਪੂਰੇ ਉਤਰੋਗੇ ਜੀ ਹੁਣ ਆ ਵੀ ਚਾਹੀਦਾ ਹੈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਸ਼ੁਕਰੀਆ ਡਾਕਟਰ ਪਰਮਵੀਰ ਪਰਮਾਰ 15 ਮਿੰਟ ਦਾ ਵਾਦਾ ਕਰਕੇ ਅਸੀਂ ਉਹਨਾਂ ਤੋਂ ਧੱਕੇ ਨਾਲ 32 ਮਿੰਟ ਤੇ 5 ਸਕਿੰਟ ਗੱਲਬਾਤ ਕਰ ਲਈ ਸੋ ਅਸੀਂ ਉਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਦੇ ਵੀ ਉਹ ਸਾਨੂੰ ਨਾ ਨਹੀਂ ਕਰਦੇ ਲੇਕਿਨ ਜਿਵੇਂ ਪਹਿਲਾਂ ਮੈਂ ਬੇਨਤੀ ਕੀਤੀ ਕਿ ਅੱਜ ਦੇ ਇਸ ਸਾਡੇ ਪੰਨੇ ਵੀ ਰੀਬ੍ਰੌਡਕਾਸਟ ਕਰਾਂਗੇ ਜਿਹੜੇ ਸਾਡੇ ਭੈਣਾ ਭਰਾ ਅੱਜ ਦਿਨ ਸਮੇਂ ਕੰਮ ਕਰਾਂ ਦੇ ਵਿੱਚ ਰੁਚੀ ਹੋਏ ਸਨ ਉਹਨਾਂ ਦੀ ਸੁਖੂਲੀਅਤ ਦੇ ਲਈ ਅਸੀਂ ਚਾਹਗੇ ਇਸ ਕੱਲ ਬਾਤ ਨੂੰ ਤੁਸੀਂ ਦੁਬਾਰਾ ਰੇਡੀਓ ਤੇ ਤੇ ਨਾਲ ਨਾਲ ਵੀਡੀਓ ਦੇ ਰਾਹੀਂ ਅੱਜ ਸ਼ਾਮ ਨੂੰ ਦੁਬਾਰਾ ਸੌਣ ਸੁੱਕੋਗੇ ਬਹੁਤ ਜਲਦੀ ਸਾਡੇ ਨਾਲ ਕੁਝ ਹੋਰ ਮਹਿਮਾਨ ਸ਼ਾਮਲ ਹੋ ਰਹੇ ਨੇ ਡਾਕਟਰ ਸਾਹਿਬ ਦਾ ਅਸੀਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਕੀਮਤੀ ਸਮੇਂ